ਜਦੋਂ ਅਸੀਂ ਆਪਣੀ ਜ਼ੁਬਾਨ ਨਾਲ ਨਾ ਜੁੜੇ ਤੇ ਸਾਨੂੰ ਮੰਗੇ ਹੋਏ ਲੀੜੇ ਪਵਾ ਕੇ ਤੇ ਡੈਫੋਡੇਲ ਤੇ ਸਟਰਾਬੇਰੀ ਦੇ ਚੱਕਰ 'ਚ ਪਾਤਾ ਜੀ ਤੇ ਫੇਰ ਜਿੰਨਾ ਵੀ ਅਸੀਂ ਦੁਬਾਨ ਪਰਨੇ ਆ ਜੋ ਕਰਦੇ ਨੇ ਉਹ ਸਾਡੇ ਬੱਚੇ ਕਿਉਂ ਨਾ ਕਰਨਗੇ ਕਿ ਰਿਸ਼ਵਤ ਲੈਣ ਵਾਲਾ ਤੇ ਦੇਣ ਵਾਲਾ ਦੋਵੇਂ ਦੋਸ਼ੀ ਸਾਡੀ ਪੂਰੀ ਕੌਮ ਵਿੱਚ ਰਿਸ਼ਵਤ ਨੂੰ ਲੈਣ ਨੂੰ ਤੇ ਦੇਣ ਨੂੰ ਗੁਨਾਹ ਹੀ ਨਹੀਂ ਸਮਝਿਆ ਜਾਂਦਾ ਮਤਲਬ ਇਹ ਵੀ ਕਿ ਦੇਣ ਵਾਲਾ ਤੇ ਫਸਿਆ ਉਹਦਾ ਕੰਮ ਹੀ ਨਹੀਂ ਹੋਣਾ ਜਿੰਨਾ ਜੇ ਨਹੀਂ ਦੇਈ ਇਹਨਾਂ ਨੂੰ ਐਵੇਂ ਪਤਾ ਕਿ ਉੱਥੇ ਦੇ ਸਟੂਡੈਂਟ ਸਭ ਤੋਂ ਮਾੜਾ ਤਬਕਾ ਹੁੰਦਾ ਹ। ਹੂੰ। ਉੱਥੇ ਤੇ ਮੈਂ ਆਪ ਜਰਮਨੀ 'ਚ ਵੇਖਿਆ ਕਿ ਉਹ ਵਿਚਾਰਿਆਂ ਇੱਕੋ ਜੀਨ ਉਹਨਾਂ ਪਾਣੀ ਤੋਂ ਥੱਲੇ ਬੁਰਬ ਘਸ ਘਸ ਕੇ ਪਾਟੀ ਲਗੀ ਜਾਣੀ ਤਾਂ ਗੋਡਿਆਂ ਤੱਕ ਆ ਜਾਣੀ। ਇੱਥੇ ਨਵੀਂ ਜੀਨ ਨੂੰ ਲੈ ਕੇ ਇਹ ਲੋਕ ਫਿਟੇ ਗਿਆਨ-ਬੁੱਝ ਕੇ ਉਹਨੂੰ ਇੱਥੇ ਗੋਡਿਆਂ ਤੇ ਮੋਰੀਆਂ ਕਰਾਉਂਦੇ ਨੇ। ਹਾਂਜੀ। ਇੱਥੋਂ ਪਾੜਦੇ ਨੇ ਥੱਲੇ ਅੱਗੋਂ ਪਿੱਛੋਂ ਵੀ ਜਨਾਬ ਉਹਨੂੰ ਤੋ ਟੋਕਾਂ ਲਾ ਕੇ ਉਹ ਗੱਲ ਈ ਐ ਇਹਨਾਂ ਦੇ ਜ਼ਿਹਨ ਦੇ ਅੰਦਰ ਉਹ ਗੁਲਾਮੀ ਵੜੀ ਆ। ਅਰਬਾਂ ਦੇ ਵਿੱਚ ਤੁਸੀਂ ਵੀ ਪੜਿਆ ਮੈਂ ਵੀ ਪੜਿਆ ਕਿ ਜ਼ਬਾਨ ਨੂੰ ਖਾਲਸ ਰੱਖਣ ਵਾਸਤੇ ਬੱਚਿਆਂ ਨੂੰ ਮੱਕੇ ਤੋਂ ਬਾਹਰ ਭੇਜਦੇ ਸਨ ਵਜਾਇੇ ਜਿਕੇ ਮੱਕਾ ਜਿਹੜਾ ਤਜਾਰਤ ਦਾ ਮਰਕਜ਼ ਸੀ ਬਾਹਰੋਂ ਲੋਕ ਆਉਂਦੇ ਸਨ ਮੁxtਲਫ ਇਲਾਕਿਆਂ ਚੋਂ ਤੇ ਉਹਨਾਂ ਦੀ ਮਿਲਤ ਗਿਲਤ ਨਾਲ ਜਿਹੜੀ ਇਹ ਜ਼ਬਾਨ ਦੇ ਵਿੱਚ ਹਲਾ ਰਲਦਾ ਸੀ ਔਰ ਉਹਨੂੰ ਉਹਦੇ ਤੋਂ ਬਚਾਣ ਵਾਸਤੇ ਉਹ ਆਂਦੇ ਸਨ ਇਹਨਾਂ ਨੂੰ ਖਾਲਸ ਪਿੰਡਾਂ 'ਚ ਭੇਜੋ ਤਾਂ ਕਿ ਇਹ ਅਸਲੀ ਅਰਬੀ ਸਿੱਖ ਸਕਣ ਵੱਧਵੀਂ ਜ਼ਬਾਨ ਸਿੱਖ ਸਕਣ ਅੱਛਾ ਸਾਡੇ ਬੱਚਿਆਂ ਨੂੰ ਅਗਰ ਸੂਫੀਆਦਮ ਪੜਾਇਆ ਜਾਂਦਾ ਇੱਥੇ ਬਾਬਾ ਫਰੀਦ ਪੜਾਇਆ ਜਾਂਦਾ ਬੁੱਲਾ ਪੜਾਇਆ ਜਾਂਦਾ ਸ਼ਾਹ ਹੁਸੈਨ ਪੜਾਇਆ ਜਾਂਦਾ ਸਾਡੀ ਸਾਡੇ ਬੱਚੇ ਕਦੀ ਬਾਹੀਆਤੀ ਨਾ ਕਰਦੇ ਔਰ ਇਹ ਬਾਹੀਆਤੀ ਦਾ ਕਾਰਨ ਸਿਰਫ ਇਹ ਵੇ ਕਿ ਅਸੀਂ ਮੰਗੇ ਹੋਏ ਲੀੜੇ ਮੰਗਾ ਹੋਇਆ ਕਲਚਰ ਮੰਗੀ ਹੋਈ ਜ਼ਬਾਨ ਔਰ ਸਾਰਾ ਕੁਝ ਜਿਹੜਾ ਮੰਗਿਆ ਹੋਇਆ ਇਹਨਾਂ ਦੇ ਗੱਲ ਧੱਕੇ ਨਾ ਪਾ ਦਿੱਤਾ। ਉਹ ਜਦੋਂ ਸੂਫੀਆਂ ਨੂੰ ਪੜਨਗੇ ਤਾਂ ਉਹਨਾਂ ਦੇ ਅੰਦਰੋਂ ਸੂਫੀਏ ਤੁੰ ਪੁੰਗਰੇਗਾ। ਜਰਾਇਮ 50% ਉਹਦੀ ਘਟ ਜਾਏਗਾ। ਅੰਗਰੇਜ਼ੀ ਪੜ ਕੇ ਨਾ ਅੰਗਰੇਜ਼ੀ ਡਰਾਮੇ ਵੇਖਣੇ ਨੇ, ਅੰਗਰੇਜ਼ੀ ਫਿਲਮਾਂ ਵੇਖਣੀਆਂ ਨੇ। ਔਰ ਉਹ ਜੋ ਇਸ ਤਰ੍ਹਾਂ ਕਰਦੇ ਨੇ ਉਹਨਾਂ ਦੀ ਤਾਂ ਗੱਲ ਮੱਲੇ ਫ੍ਰੀ ਮਿਕਸਿੰਗ ਕੋ ਬਰਾਈ ਨਹੀਂ ਸਮਝੀ ਜਾਂਦੀ। ਇਹ ਜਿਹੜਾ ਪੜ੍ਹਾਈ ਦਾ ਤਰੀਕਾ ਹੈ ਇਹਨੇ ਬੇੜਾ ਗਰਖ ਕਰਕੇ ਰੱਖ ਦਿੱਤਾ ਹੈ ਔਰ ਇਹ ਕਿਸੇ ਸੂਰਤ 'ਚ ਵੀ ਠੀਕ ਨਹੀਂ ਹੋ ਸਕਦੀ। ਜਿੰਨਾ ਚਿਰ ਪਾੜਛਾ ਠੀਕ ਜਗ੍ਹਾ ਤੇ ਨਾ ਲਾਇਆ ਗਿਆ। ਵਾਹ ਪਾਰਛਾ ਠੀਕ ਜੇਗਾ ਤੇ ਲੱਗੇਗਾ ਤੇ ਛੱਤ ਚੋਂ ਮੁੜੇਗਾ ਉਹ ਜਿਹੜੇ ਘਰਾਂ 'ਚ ਰਿਸ਼ਵਤ ਦੇ ਪੈਸੇ ਆਉਂਦੇ ਨੇ ਬੱਚਿਆਂ 'ਨਹੀਂ ਦੱਸਦਾ ਹਾਂ ਔਲਾਦ ਕਿਵੇਂ ਹਲਾਲ ਦੀ ਹੋਏ ਜੀ ਔਲਾਦ ਕਿਵੇਂ ਹਲਾਲ ਦੇ ਕੰਮ ਕਰੇਗੀ ਵਾਹ ਜੋ ਬੀਜਣਾ ਜੀ ਸੋਈ ਵੱਡਣਾ ਜੀ ਨਾ ਜੀ ਵਾਹ ਉਹ میٹرਕ ਸਾਨੂੰ ਪੜਾਉਂਦੇ ਸਨ ਤੇ ਉਹਨਾਂ ਆਖਿਆ ਅਗੇ ਅਸੀਂ ਬੜੇ ਦੋ ਤਿੰਨ ਮੁੰਡੇ ਸਾਂ ਬੜੇ ਜ਼ਹੀਨ ਥਾ ਤੇ ਸਾਨੂੰ ਨਾ ਆਖਣਾ ਕਿ ਤੁਸੀਂ ਘਰ ਜਾਓ ਤੇ ਕਰੋ ਰੋਟੀ ਛੋਡੀ ਖਾ ਗੇ ਨਾ ਜੀ ਤੇ ਫੇਰ ਤੁਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਲੈ ਕੇ ਤੇ ਕਿਲੇ ਆ ਜਾਓ ਆ ਕਿਲਾ ਕਾਲਰ ਵਾਲਾ ਸਾਹ ਜੀ ਜੀ ਉਹਨਾਂ ਸ਼ਾਮ ਤੱਕ ਸਾਨੂੰ ਅੰਗਰੇਜ਼ੀ ਪੜਾਣੀ ਇੱਕ ਪੈਸਾ ਨਹੀਂ ਸਾਡੇ ਕੋਲ ਲੈਣਾ ਬਲਕਿ ਗਰਮੀਆਂ 'ਚ ਜਨਾਬ ਸਕੰਜਵੀ ਵਗੈਰਾ ਜੋ ਸ਼ੂਸ ਪਿਆਣੇ ਚਾਹ ਵੀ ਪਿਆਣੀ ਸਿਆਲ 'ਚ ਹਾਂਜੀ ਕਈ ਵਾਰ ਦੁਕਾਨ ਪੀਣ ਵਾਲੀ ਚਾਹ ਵੀ ਲੈ ਆ ਕੇ ਦੇਣੀ ਵਾਹ ਤੇ ਆਖਣਾ ਪੁੱਤਰੋ ਖਾਓ ਮੈਂ ਉਹਨਾਂ ਨੂੰ ਦੱਸਿਆ ਵੀ ਜਨਾਬ ਇਹ ਤਾਇਰੇ ਲਾਹੂਤੀ ਏ ਫੇਰ ਮੈਂ ਉਹਨਾਂ ਨੂੰ ਦੱਸਿਆ ਲਾਹੂਤ ਕੀ ਹੁੰਦਾ ਹੈ ਨਾ ਸੂਤ ਕੀ ਹੁੰਦਾ ਹੈ ਫੇਰ ਮੈਂ ਦੱਸਿਆ ਕਿ ਵਾਰਦ ਸ਼ਾਹ ਨੇ ਜਿਹੜਾ ਲਿਖਿਆ ਨਾ ਉਹ ਬੁਲਬਲਾ ਥੱਕ ਮਰੀਂਦੀਆਂ ਨਹੀਂ ਮਰੀਂਦੀਆਂ ਤੇ ਮਰੇਂਦੀਆਂ 'ਚ ਫਰਕ ਹੁੰਦਾ ਵਾਹ ਫਿਰ ਰੋਲਾ ਹੋਈ ਕਿ ਤੇ ਆਪਣੀ ਜ਼ੁਬਾਨ ਪੜੀ ਹੁੰਦੀ ਉਹਦੇ ਮਾਸਟਰ ਨੇ ਤਾਂ ਮੇਰੇ ਕੋਲੋਂ ਤੇ ਨਾਨਾ ਇਸ ਤਰ੍ਹਾਂ ਹਾਨਤ ਕਰਵਾਉਂਦਾ ਆ ਮੈਂ ਕਿਹਾ ਮਰੀਂਦੀਆਂ ਹੁੰਦਾ ਆਪ ਮਰਦੀਆਂ ਨਾ ਮਾਰ ਚੋ ਦਾ ਮਰੀਂਦਾ ਪਿਆਈ ਹਾਂ ਤੇ ਮਰੀਂਦੀਆਂ ਕਿਸੇ ਨੂੰ ਮਾਰਦੀਆਂ ਉਹ ਫਲਾਣਾ ਫਲਾਣੇ ਕੋ ਮਰੀਂਦਾ ਪਿਆ ਹਾਂ ਉਹਨੇ ਆਖਿਆ ਨਾ ਨੌਮਨ ਤੇਲ ਹੋਗਾ ਨਾ ਰਾਦਾ ਨਾਚੇਗੀ ਮੈਂ ਉਹਨੂੰ ਟੈਲੀਫੋਨ ਬਾਅਦ ਕੀਤਾ ਮੈਂ ਕਿਹਾ ਤੇਲ ਨਹੀਂ ਹੋ ਤੀਆ ਲਿਓ ਖੁਦਾ ਦੇਓ ਬੰਦੇਓ ਤੁਸੀਂ ਉਰਦੂ ਦੀ ਵੀ ਕਬਰ ਕੱਢ ਛੜੀ ਹੈ ਤੇਲ ਦੇਵਰ ਨੂੰ ਆਂਦੇ ਨੇ ਵਾਹ ਇਹਨੂੰ ਆਂਦੇ ਨੇ ਬਾਦ ਇਲਮੀ ਵਾਹ ਇੱਕ ਬੇ ਇਲਮੀ ਹੋਣਾ ਬੇ ਇਲਮੀ ਤੇ ਛੋਟਾ ਗੁਨਾਹ ਹੈ ਬਾਦ ਇਲਮੀ ਵੱਡਾ ਗੁਨਾਹ ਹੈ ਔਰ ਬਾਦ ਇਲਮੀ ਕਿਉਂ ਹੋਈਏ ਸਾਨੂੰ ਉਹ ਬੜਬੋਲੀਆਂ ਪੜ੍ਹਾਉਣ ਦੀ ਵਜ੍ਹਾ ਨਾਲ ਇਹ ਸਾਡੇ ਜਿਹੜੇ ਟੀਚਰ ਨੇ ਉਹਨਾਂ ਦਾ ਇਕ ਤੇਵੇਗੇ ਇਲਮ ਨਾਲ ਟੁੱਟ ਗਿਆ ਹਾਂ ਦੁੱਗੀ ਗੱਲ ਇਹ ਵੇ ਕਿ ਲਾਲਚ ਦੇ ਪਿੱਛੇ ਇਹਨਾਂ ਟਿਵੀਸ਼ਨਾਂ ਪੜਾਣੀਆਂ ਸ਼ੁਰੂ ਕਰਤੀਆਂ ਫਿਰ ਅਸੀਂ ਆਖੀਏ ਜਿੱਥੇ ਰਸੂ ਪੈਦਾ ਹੋਣਗੇ ਹਾਂਜੀ ਯਾ ਮਤਲਬ ਇਹ ਕਿ ਇੱਥੇ ਨਿਊਟਨ ਪੈਦਾ ਹੋਏਗਾ ਇਹ ਹੋ ਨਹੀਂ ਸਕਦਾ ਹਾਂਜੀ ਇੱਥੇ ਇਹੋ ਜਿਹੇ ਲੋਕ ਪੈਦਾ ਹੋਣਗੇ ਜਿਹੜੇ ਟੀਲ ਨੂੰ ਤੇਲ ਲਾਂਦੇ ਨੇ ਤੇ ਮੈਨੂੰ ਆਂਦਾ ਜੀ ਉਹ ਫਲਾਣੇ ਦੀ ਅੱਜਕੱਲ੍ਹ ਤੋਤੀ ਬੋਲਦੀ ਉਹ ਮੈਂ ਕਿਹਾ ਤੋਤੀ ਨਹੀਂ ਉਹ ਬੇਵਕੂਫਾ ਤੂਤੀ ਬੋਲਦੀ ਐ ਤੇ ਮੈਂ ਕਿਹਾ ਤੋਤੀ ਨੇ ਕੀ ਬੋਲਣਾ ਹੈ ਦੂ 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 ਤੋਤੀ ਤੂਤੀ ਬੋਲਦੀ ਐ ਹਾਲੇ ਨਾ ਉਰਦੂ ਦਾ ਕੀਤਾ ਐਡਾ ਬੱਚਾ ਹਾਂ ਵੇਖਿਆ ਅੰਗਰੇਜ਼ਾਂ ਦੇ ਵਿੱਚ ਰਹਿ ਕੇ ਜਰਮਨਾ ਦੇ ਫ੍ਰਾਂਸੀਸੀਆਂ ਦੇ ਉਹ ਝੂਠ ਨਹੀਂ ਬੋਲਦਾ ਸਾਡਾ ਬੰਦਾ 70 ਸਾਲ ਦਾ ਵੀ ਝੂਠ ਮੋਲ ਅੰਗਰੇਜ਼ ਨਹੀਂ ਕਰਦਾ ਬਿਲਕੁਲ ਸਹੀ ਵਜਾਏ ਵੇ ਕਿ ਸਾਡੀ ਸਿੱਖਿਆ ਨਹੀਂ ਹੋ ਸਕੀ

ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਬੋ ਅੱਜ ਅਸੀਂ ਫੇਰ ਤੁਹਾਡੀ ਮੰਗ ਦੇ ਉੱਤੇ ਤੁਹਾਡੇ ਹੁਕਮ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਸਾਡੀ ਮਾਂ ਬੋਲੀ ਪੰਜਾਬੀ ਦੇ ਮਹਾਨ ਸੂਝਵਾਨ ਲਖਾਰੀ ਤੇ ਸ਼ਾਇਰ ਬਾਬਾ ਜੀ ਇህਸਾਨ ਬਾਜਵਾ ਹੋਰਾਂ ਦੀ ਸੇਵਾ ਦੇ ਵਿੱਚ ਉਹਨਾਂ ਦੀ ਖidmat ਦੇ ਵਿੱਚ ਹਾਜ਼ਰ ਹੋਏ ਆਂ ਕੁਝ ਤੁਹਾਡੇ ਸਵਾਲਾਤ ਨੇ ਕੁਝ ਆਪੂ ਗੱਲਾਂ ਉਹਨਾਂ ਨੂੰ ਪੁੱਛਣੀਆਂ ਨੇ ਤੇ ਤੁਹਾਨੂੰ ਪਤਾ ਹੈ ਕਿ ਸਾਡੀ ਉਹਨਾਂ ਦੇ ਨਾਲ ਗੁਫ਼ਤਗੂ ਦਾ ਮੌਜੂ ਜਿਹੜਾ ਹੈ ਉਹ ਸਿਰਫ ਇਹ ਹੀ ਹੁੰਦਾ ਹੈ ਕਿ ਅਸੀਂ ਆਪਣੀ ਭੁੱਲੀ ਬਿਸਰੀ ਸਾਡੀ ਜਿਹੜੀ ਗਵਾਚੀ ਖੜਾਚੀ ਸਾਡੀ ਸੱਭਿਆਚਾਰਤ ਹੈ ਅਸੀਂ ਉਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਬਾਬਾ ਜੀ ਤੋਂ ਆਪੋ ਵੀ ਜਾਣਕਾਰੀ ਹਾਸਲ ਕਰੀਏ ਤੇ ਆਪਣੇ ਦਰਸ਼ਕਾਂ ਨੂੰ ਵੀ ਆਗਹੀ ਦਈਏ ਕਿ ਸਾਡਾ ਪੰਜਾਬੀ ਪਛੋਕੜ ਜਿਹੜਾ ਕਿਸ ਕਦਰ ਤਾਬਨਾਕ ਸੀ ਕਿਸ ਕਦਰ ਸ਼ਾਨਦਾਰ ਸੀ ਕਿਸ ਕਦਰ ਮਾਨਯੋਗ ਸੀ ਜਿੰਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਲਓ ਪਿਆਰਿਓ ਸਭ ਤੋਂ ਪਹਿਲੇ ਸਾਡੇ ਇੱਕ مستقل ਨਾਜ਼ਰ ਜਿਹੜੇ ਕਿ ਦੁਬਈ ਬਸਿਲਸਲਾ ਰੋਜ਼ਗਾਰ ਮੁਕੀਮ ਨੇ ਪਿਛੋਂ ਉਹਨਾਂ ਦਾ ਤਾਲੁਕ ਸਾਡੇ ਸ਼ਹਿਰ ਸਿਆਲਕੋਟ ਦੀ ਤਹਿਸੀਲ ਦਸਕਾ ਤੋਂ ਹੈ ਨਸੀਰ ਬੱਟ ਇਹਨਾਂ ਦਾ ਨਾਂ ਹੈ ਉਹਨਾਂ ਨੇ ਆਪਣੀ ਇੱਕ ਵੀਡੀਓ ਸਾਨੂੰ ਭੇਜਵਾਈ ਹੈ ਜਿਦੇ ਵਿੱਚ ਉਹਨਾਂ ਨੇ ਸਾਡੇ ਬਾਬਾ ਜੀ احسان ਬਾਜਵਾ ਹੋਰਾਂ ਤੋਂ ਦੋ ਸਵਾ ਲਾਤ ਪੁੱਛੇ ਨੇ ਸਭ ਤੋਂ ਪਹਿਲੇ ਤੁਸੀਂ ਇਹ ਵੀਡੀਓ ਮਲਹਾਜ਼ਾ ਕਰੋ ਜੀ ਡਾਕਟਰ ਜਵੇਦ ਅਕਰਮ ਸਾਹਿਬ ਅਸਲਾਮੁਅਲੈਕੁਮ ਬਰਹਮਤੁਲਾ जनाब ਅਸੀਂ ਤੁਹਾਡਾ ਪੰਜਾਬੀ ਪ੍ਰੋਗਰਾਮ ਬੜੇ ਸ਼ੌਕ ਦੇ ਨਾਲ ਵੇਨੇ ਆ ਤੇ ਅੱਜ ਅਸੀਂ ਇੱਕ ਸਵਾਲ ਕਰਨਾ ਚਾਹਨੇ ਆ ਇਹ ਜਿਹੜੇ ਤੁਹਾਡੇ ਬੜੇ ਪਿਆਰੇ ਬਾਬਾ ਜੀ ਨੇ ਜਨਾਬ ਅਹਿਸਾਨ ਬਾਜਵਾ ਸਾਹਿਬ ਦੇ ਅੱਗੇ ਕਿ ਬਾਬਾ ਜੀ ਨੂੰ ਸਾਨੂੰ ਇਹ ਗੱਲ ਪੁੱਛ ਕੇ ਦੱਸੋ ਕਿ ਕਾਲਜਾਂ ਤੇ ਯੂਨੀਵਰਸਟੀਆਂ ਦੇ ਅੰਦਰ ਕਿ ਕਿਹੋ ਜੀ تعلیم ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਕਿ ਬੱਚੇ ਜਿਹੜੇ ਨੇ بجائے ਖੁਦਰਨ ਦੇ ਅੱਛੇ ਨੇਕ ਕੰਮ ਕਰਨ ਦੇ ਇਹ ਬੜੀ ਗਲਾਜ਼ਤ ਵਾਲੇ ਪੇ ਕੰਮ ਕਰਦੇ ਨੇ ਚੰਦ ਦਿਨ ਪਹਿਲੇ ਜਿਹੜਾ ਵਾਕਿਆ ਹੋਇਆ ਯੂਨੀਵਰਸਿਟੀ ਦੀ ਛੱਤ ਦੇ ਉੱਤੇ ਕੀ ਹੋਦੀ تعلیم ਦਿੱਤੀ ਜਾ ਰਹੀ ਹੈ ਬਾਬਾ ਜੀ ਨੂੰ ਪੁੱਛ ਕੇ ਦੱਸੋ ਕਿ ਆ ਇਹ ਉਹ تعلیم ਤੇ ਨਹੀਂ ਜਿਹਦੇ ਬਾਰੇ ਇਸ਼ਾਰਾ ਕੀਤਾ ਸੀ ਡਾਕਟਰ ਅਲਾਮਾ ਇਕਬਾਲ ਸਾਹਿਬ ਨੇ ਕਿ ਮغرب کی طرف جاؤ گے تو ڈوب جاؤ گے ਤੇ ਦੂਸਰਾ ਸਾਡਾ ਸਵਾਲ ਇਹ ਵੇ ਬਾਬਾ ਜੀ ਅਹਸਾਨ ਬਾਜਵਾ ਸਾਹਿਬ ਦੇ ਅੱਗੇ ਅੱਜ ਕੱਲ ਲੋਕ ਟੀਚਰਾਂ ਦੀ ਇੱਜ਼ਤ ਕਿਉਂ ਨਹੀਂ ਕਰਦੇ ਉਹਦੀ ਕੀ ਵਜ੍ਹਾ ਹੈ ਕਿ ਲੋਕ ਆਪਣੇ ਉਸਤਾਦਾਂ ਦੀ ਟੀਚਰਾਂ ਦੀ ਇੱਜ਼ਤ ਕਿਉਂ ਨਹੀਂ ਕਰਦੇ ਪਹਿਲਾਂ ਬੜਾ ਜਿਹਾ ਇhtਰਾਮ ਹੁੰਦਾ ਸੀ ਬੜਾ ਇhtਰਾਮ ਕਰਦੇ ਹਾਂ ਉਸਤਾਦਾਂ ਦਾ ਉਸਤਾਦਾਂ ਨੂੰ ਦੂਰੋਂ ਵੇਖ ਲੈਣਾ ਇੱਕ ਸਾਈਡ ਤੇ ਹੋ ਕੇ ਖਲੋ ਜਾਣਾ ਇੱਕ ਤੇ ਇਹ ਸਵਾਲ ਦੱਸੋ ਸਾਡਾ ਕਿ ਉਸਤਾਦਾਂ ਨੂੰ ਲੋਕ ਇੱਜ਼ਤ ਕਿਉਂ ਨਹੀਂ ਕਰਦੇ ਤੇ ਦੂਸਰਾ ਸਾਡਾ ਉਹ ਸਵਾਲ ਜਿਹੜਾ ਉਹ لازمی ਦੱਸੋ ਅਸੀਂ ਦੁਬਈ ਬੈ ਕੇ ਤੁਹਾਡੇ ਇਸ ਜਵਾਬ ਦਾ ਇੰਤਜ਼ਾਰ ਕਰਾਂਗੇ ਪ੍ਰੋਗਰਾਮ ਦੇ ਅੰਦਰ ਕਿ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਬੱਚੇ ਔਰ ਬੱਚੀਆਂ ਨੂੰ ਕਾਲਜਾਂ ਯੂਨੀਵਰਸਟੀਆਂ 'ਚ ਕਿਹੋ ਜੀ تعلیم ਦਿੱਤੀ ਜਾ ਰਹੀ ਹੈ ਕਿ ਬੱਚੇ ਸੁਧਰਨ ਦੀ ਬਜਾਏ ਖਰਾਬ ਹੋ ਰਹੇ ਨੇ ਸਾਨੂੰ ਇੰਤਜ਼ਾਰ ਰਹੇਗਾ ਜੀ ਤੁਹਾਡੇ ਜਵਾਬ ਦਾ ਲੋਜੀ ਸਾਹਿਬੋ ਤੁਸੀਂ ਸਾਡੇ ਮੁਸਤਕਿਲ ਨਾਜ਼ਰ ਨਸੀਰ ਅਹਿਮਦ ਬੱਟ ਹੋਰਾਂ ਦੇ ਇਹ ਦੋਵੇਂ ਸਵਾਲਾਤ ਸਮਾਤ ਫਰਮਾਏ ਦੋਸਤੋ ਉਹਨਾਂ ਦਾ ਪਹਿਲਾ ਸਵਾਲ ਇਹ ਵੇ ਕਿ ਸਾਡੇ ਪਾਕਿਸਤਾਨ ਦੇ ਜਿਹੜੇ ادارے نے تعلیمی ادارے ਸਾਡੀਆਂ ਦਰਸਗਾਵਾਂ ਸਾਡੇ ਕਾਲਜਿਸ ਸਾਡੀਆਂ ਯੂਨੀਵਰਸਟੀਆਂ ਉਹ ਤਲਬਾ ਉਹ ਤਾਲਬਾਤ ਨੂੰ ਕਿਸ ਕਿਸਮ ਦੀ تعلیم ਦੇ ਰਹੇ ਨੇ ਕਿ ਉਹ ਤਰਬੀਅਤ ਤੋਂ ਨਾ ਆਸ਼ਨਾ ਹੁੰਦੇ ਜਾ ਰਹੇ ਨੇ اخلاقی حوالے دے نال انہاں دی کوئی ٹریننگ نہیں ہو رہی انہوں نے ایک حوالہ بھی دیتا کہ یونیورسٹی دی چھاتر دے اوتے جیڑا واقعہ ہویا کیا اے واقعہ جیڑا اے او تعلیمی ادارے دے طلباء و طالبات دے کولوں جڑے کہ علم حاصل کر رہے نے تے علم ایک نور ہے علم تے چاندنا ہے تے علم حاصل کرنے والے طلباء جڑے نے انہاں کولوں ਅਜੇ ਵਾਕਿਆਤ ਦੀ ਉਮੀਦ ਕੀਤੀ ਜਾ ਸਕਦੀ ਹੈ ਯਾਨੀ ਉਹਨਾਂ ਦਾ ਇਹ ਅੱਖਣਾ ਹੈ ਕਿ ਇਹ ਜਿਹੜੀ تعلیم ਸਾਡੇ ਤਾਲੀਮੀ ਇਦਾਰਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਇਹਦੇ ਨਾਲ ਤੁਲਬੋ ਤਾਲਬਾਤ ਦੀ اخلاقiyat ਕਿਉਂ ਨਹੀਂ ਬਿਹਤਰ ਹੋ ਰਹੀ ਮਹੱਜਬ ਸਾਡੀ ਕਿਉਂ ਕੌਮ ਕਿਉਂ ਨਹੀਂ ਬਨ ਬਨ ਰਹੀ ਆਓ ਇਸ ਸਵਾਲ ਦਾ ਜਵਾਬ ਬਾਬਾ ਜੀ ਇਹਸਾਨ ਬਾਜਵਾ ਹਰਾਂ ਤੋਂ ਪੁੱਛਨੇ ਜੀ ਅਸਲਾਮੁ ਅਲੈਕਮ ਜੀ ਵੈਲਕਮ ਸਲਾਮ ਜਨਾਬ ਜਵੇਦ ਸਾਹਿਬ ਸਤ ਬਿਸਮਿਲ੍ਲਾ ਜੀ ਆਨ ਬੜੀ ਨਵਾਜ਼ਾਈ ਜੀ ਹਜ਼ੂਰ ਇਹ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਨਸੀਰ ਸਾਹਿਬ ਉਹਨਾਂ ਦੀ ਤੁਸੀਂ ਦੋਵੇਂ ਸਵਾਲਾਂ ਸੁਣੇ ਜੀ ਮੈਂ ਸੁਣੇ ਨੇ ਉਹਨਾਂ ਦਾ ਜਿਹੜਾ ਪਹਿਲਾ ਸਵਾਲ ਹੈ ਜੀ ਮੈਂ ਸੁਣ ਲਿਆ ਜੀ ਬਿਲਕੁਲ ਉਹਦਾ ਸਾਨੂੰ ਜਵਾਬ ਦਿਓ ਪਹਿਲੇ ਹਾਂਜੀ ਗੱਲ ਇਹ ਹੈ ਜੀ ਵੱਟ ਸਾਹਿਬ ਕਿ ਏਜ ਵਿੱਚ ਅੰਗਰੇਜ਼ੀ ਦਾ ਲਫ਼ਜ਼ ਹੈ ਮਲਟੀ ਡਾਈਮੈਂਸ਼ਨਲ ਜੀ ਆ ਇਹ ਦੀਆਂ ਜਿਹੜੇ ਕਾਰਨ ਨੇ ਜਾਂ ਵਜੂਹਾਤ ਜਿਹੜੀਆਂ ਨੇ ਉਹ ਮਲਟੀ ਡਾਈਮੈਂਸ਼ਨਲ ਨੇ ਬਹੁਤ ਸਾਰੇ ਕੈਮਰ ਰੱਖੇ ਤੇ ਇਸ ਵਿਗਾੜ ਨੂੰ ਦਿਨੋਂ ਦਿਨ ਵਧਾਈ ਲਗੀਆਂ ਜਾਂਦੀਆਂ ਨੇ ਜੀ 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 ਪਹਿਲੀ ਗੱਲ ਤੇ ਸੀ ਕਿ ਅਸੀਂ ਮੁਸਲਮਾਨ ਹੁੰਦਿਆਂ ਜੀ ਅੱਲਾਹ ਤੇ ਉਹਦੇ ਰਸੂਲ ਦੀ ਆਖੀ ਨੂੰ ਪੱਲੇ ਬੰਨ੍ਹ ਕੇ ਟੁਰੀਏ ਵਾਹ ਨਬੀ پاک ਨੇ ਕਿਹਾ ਜਿਹਦਾ اخلاق ਚੰਗਾ ਹੈ ਉਹਦਾ دین ਚੰਗਾ ਹੈ ਵਾਹ ਹਦੀਸ ਹੈ لیکن ਸਾਡੇ ਇਥੇ اخਲਾਕiat ਦਾ ਐਥਿਕਸ ਦਾ ਕੋਈ ਮضمون ਹੀ ਨਹੀਂ ਪੜਾਇਆ ਜਾਂਦਾ ਜੀ ਐਸਾ ਹੀ ਹੁਣ ਤਾਂ ਇਹ ਚਾਹੀਦਾ ਸੀ ਕਿ ਇੱਕ ਵੱਖਰਾ اخਲਾਕiat ਦਾ ਜਿਹੜਾ ਉਹ ਮੱਲੇ ਵਿੱਚ ਸਬਜੈਕਟ ਇੱਕ ਮضمون ਪਹਿਲੀ ਤੋਂ ਲਾ ਕੇ ਪੜਾਇਆ ਜਾਂਦਾ ਅਗਰ ਇਹ ਨਾ ਹੁੰਦਾ ਤੇ ਘਟੋ ਘਟ ਕੁਝ ਚੈਪਟਰ ਦੀਆਂ ਕੋਈ ਕਿਤਾਬਾਂ ਦੇ ਵਿੱਚ ਰਲਾਏ ਜਾਂਦੇ ਸਰ ਸਰ ਪੂਰੀ ਦੁਨੀਆ ਦੇ ਵਿੱਚ ਐਡਾ ਬੱਚਾ ਹਾਂ ਵੇਖਿਆ ਅੰਗਰੇਜ਼ਾਂ ਦੇ ਵਿੱਚ ਰਹਿ ਕੇ ਜਰਮਨਾਂ ਦੇ ਫ੍ਰਾਂਸੀਸੀਆਂ ਦੇ ਉਹ ਝੂਠ ਨਹੀਂ ਬੋਲਦਾ ਸਾਡਾ ਬੰਦਾ 70 ਸਾਲ ਦਾ ਵੀ ਝੂਠ ਮੋਲ ਨੂੰ ਗਰੇਜ਼ ਨਹੀਂ ਕਰਦਾ ਬਿਲਕੁਲ ਸਹੀ ਵਜਾ ਇਹ ਵੇ ਕਿ ਸਾਡੀ ਸਿੱਖਿਆ ਨਹੀਂ ਹੋ ਸਕੀ ਔਰ ਸਿੱਖਿਆ ਸਾਡੀ ਮੁਸਲਮਾਨ ਹੁੰਦੇ ਆ ਇслаਮੀ ਕਾਨੂੰਨਾਂ ਦੇ ਅਸੂਲਾਂ ਦੇ ਮੁਤਾਬਕ ਹੋਣੀ ਚਾਹੀਦੀ ਸੀ ਜੀ ਔਰ ਇਹਦੇ ਤੋਂ ਵੀ ਇਲਾਵਾ ਪੂਰੀ ਦੁਨੀਆ ਦੇ ਜਿਹੜੇ ਬੈਨਨ ਕੋਆਮੀ ਕਾਨੂੰਨ ਨੇ ਅਸੂਲ ਨੇ ਉਹਨਾਂ ਦੇ ਮੁਤਾਬਕ ਹੋਣੀ ਚਾਹੀਦੀ ਸੀ ਅਸੀਂ ਨਾ ਕੀਤਾ ਫਿਰ ਅਗਲੀ ਦੀਸੇ ਨਬੀ ਬਾਗ ਦੀ ਹਰਾਸ਼ੀ ਵਲ ਮਰਤਸ਼ੀ ਫਨਾਰ ਕਿਹ ਰਿਸ਼ਵਤ ਲੈਣ ਵਾਲਾ ਤੇ ਦੇਣ ਵਾਲਾ ਦੋਵੇਂ ਦੋਸ਼ੀ ਸਾਡੀ ਪੂਰੀ ਕੌਮ 'ਚ ਰਿਸ਼ਵਤ ਨੂੰ ਲੈਣ ਨੂੰ ਤੇ ਦੇਣ ਨੂੰ ਗੁਨਾਹ ਹੀ ਨਹੀਂ ਸਮਝਿਆ ਜਾਂਦਾ ਮਤਲਬ ਇਹ ਵੇ ਕਿ ਦੇਣ ਵਾਲਾ ਤੇ ਫਸਿਆ ਉਹਦਾ ਕੰਮ ਹੀ ਨਹੀਂ ਹੋਣਾ ਜਿੰਨਾ ਜੇ ਨਹੀਂ ਦੇਈ ਫਿਰ ਜਿਹੜਾ ਬੰਦਾ ਰਿਸ਼ਵਤ ਦੇ ਪੈਸੇ ਖਾਏਗਾ ਉਹਦੀ ਜਿਹੜੀ ਔਲਾਦ ਹੋਏਗੀ ਇੱਕ ਫਾਰਸੀ ਕਹਾਤ ਮੈਂ ਪੜੀ ਉਹਦਾ ਤਰਜਮਾ ਹੈ ਜੀ ਕਿ ਇੱਕ ਬੱਚਾ ਸੀ ਤੇ ਉਹਨੂੰ ਸਾਰੇ ਹੀ ਹਰਾਮੀ ਆਖਣ ਤੇ ਉਹ ਮਾਂ ਨੂੰ ਆਂਦਾ ਵੀ ਮਾਂ ਮੈਨੂੰ ਸਾਰੇ ਬੱਚੇ ਤੇ ਹਰਾਮੀ ਆਂਦੇ ਨੇ ਵਜਾ ਕੀ ਏ ਉਹਨੇ ਆਖਿਆ ਕਿ ਪੁੱਤਰਾ ਜਾ ਐਵੇਂ ਬੱਚਿਆਂ ਦਾ ਬੱਚੇ ਗੱਲਾਂ ਕਰਦੇ ਹੁੰਦੇ ਨੇ ਕੋਈ ਗੱਲ ਨਹੀਂ ਉਹ ਫੇਰ 2-4 ਦਿਨ ਬਾਅਦ ਮਾਂ ਨੂੰ ਆਂਦੇ ਮਾਂ ਮੈਨੂੰ ਦੱਸ ਮੈਨੂੰ ਬੱਚੇ ਹਰਾਮੀ ਆਂਦੇ ਕਿਉਂ ਨੇ ਵਜਾ ਕੀ ਏ ਕੋਈ ਕਸੂਰ ਕੀ ਏ ਕੋਈ ਚੱਕਰ ਕੀ ਏ ਮਾਂ ਉਹਦੀ ਨੇ ਆਖਿਆ ਕਿ ਤੂੰ ਸੱਚੀ ਮੱਚੀ ਹਰਾਮੀ ਹੈ ਉਹਨੇ ਆਖਿਆ ਕਿਸਰਾ ਹਰਾਮੀ ਆ ਉਹਨੇ ਆਖਿਆ ਹਰਾਮੀ ਇਸ ਵਾਰ ਸੇ ਕਿ ਜਦੋਂ ਤੂੰ ਹੋਣ ਵਾਲਾ ਸੈਂ ਤੇ ਬਾਰਿਸ਼ ਹੋ ਰਹੀ ਸੀ ਸਾਵਣ ਭਾਦਰੋਂ ਦੇ ਦਿਨ ਸਨ ਸਾਡੇ ਘਰ ਬਾਲਣ ਜਿਹੜਾ ਉਹ ਥੋੜਾ ਜਿਹਾ ਚਲਾਨੀ ਚੋਗਈ ਤੇ ਉਹਦੇ ਵਿੱਚੋਂ ਬਾਲਣ ਸਿੱਲਾ ਹੋ ਗਿਆ ਤੇ ਮੈਂ ਅੱਗ ਬਾਲਣੀ ਸੀ ਤੇ ਮੈਂ ਮੜੀ ਦੀ ਲੱਕੜ ਵੇਖਣੀ ਤੇ ਗਵੰਡ ਨਾਲ ਗਈ ਮੈਂ ਕਿਹਾ ਉਹਦੀ ਕੋਈ ਲੱਕੜ ਛੋਟੀ ਜੀ ਮੰਗ ਕੇ ਲਿਆਉਣੀ ਆ ਨਾਲ ਲਾਵਾਂਗੀ ਤੇ ਅੱਗ ਬਲ ਪੇਗੀ ਤੇ ਮੈਂ ਗਿਆ ਗਈ ਤੇ ਗਵੰਡਨ ਘਰ ਕੋਨੀ ਸੀ ਤੇ ਮੈਂ ਉਹਦੀ ਇਜਾਜ਼ਤ ਤੋਂ ਬਗੈਰ ਉਹਨੂੰ ਦੱਸਣ ਤੋਂ ਬਗੈਰ ਉਹ ਲੱਕੜ ਲਿਆ ਕੇ ਬਾਲੀ ਅੱਗ ਔਰ ਰਿਜ਼ਕ ਪਕਾਇਆ ਤੇ ਖਾਦਾ ਔਰ ਉਹ ਰਿਜ਼ਕ ਜਿਹੜਾ ਉਹਦਾ ਸਰ ਤੇਰੇ ਤੇ ਵੀ ਹੋ ਗਿਆ ਤੂੰ ਵਾਕਈ ਹਰਾਮੀ ਐ ਮੈਂ ਚੋਰ ਆ ਵਾਹ 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 ਇਹ ਮਿਆਰ ਹੈ ਹਲਾਲ ਤੇ ਹਰਾਮ ਦਾ ਤੋਂ ਬੜੇ ਸਖਤ ਮਿਆਰ ਜਿਹੜੇ ਦੀਨ ਦੇ ਅਸਾਂ ਉਹ ਛੱਡ ਦਿੱਤੇ ਤੀਜੀ ਗੱਲ ਇਹ ਸੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਜੀ ਕਿ ਉਹ ਵੀ ਅਸੀਂ ਇਸਲਾਮ ਤੋਂ ਲੈਨੇ ਆ ਕਿ ਅਰਬਾਂ ਦੇ ਵਿੱਚ ਤੁਸੀਂ ਵੀ ਪੜਿਆ ਮੈਂ ਵੀ ਪੜਿਆ ਕਿ ਜ਼ੁਬਾਨ ਨੂੰ ਖਾਲਸ ਰੱਖਣ ਵਾਸਤੇ ਬੱਚਿਆਂ ਨੂੰ ਮੱਕੇ ਤੋਂ ਬਾਹਰ ਭੇਜਦੇ ਸਨ ਬਜਾਏ ਜਿਕੇ ਮੱਕਾ ਜਿਹੜਾ ਤਜਾਰਤ ਦਾ ਮਰਕਜ਼ ਸੀ 12 ਲੋਕ ਆਉਂਦੇ ਸਨ مختلف ਇਲਾਕਿਆਂ ਚੋਂ ਤੇ ਉਹਨਾਂ ਦੀ ਮਿਲਤ ਗਿਲਤ ਨਾਲ ਜਿਹੜੀ ਇਹ ਜ਼ਬਾਨ ਦੇ ਵਿੱਚ ਰਲ-ਮਿਲਦਾ ਸੀ ਔਰ ਉਹਨੂੰ ਉਹਦੇ ਤੋਂ ਬਚਾਉਣ ਵਾਸਤੇ ਉਹ ਆਉਂਦੇ ਸਨ ਇਹਨਾਂ ਨੂੰ ਖਾਲਸ ਪਿੰਡਾਂ 'ਚ ਭੇਜੋ ਤਾਂ ਕਿ ਇਹ ਅਸਲੀ ਅਰਬੀ ਸਿੱਖ ਸਕਣ ਵੱਧਵੀਂ ਜ਼ਬਾਨ ਸਿੱਖ ਸਕਣ ਅੱਛਾ ਹਾਂ ਜਿਹੜੀ ਅਸਲੀ ਅਰਬੀ ਐ ਪਿਓਰ ਖਾਲਸ ਉਹ ਸਿੱਖ ਸਕਣ ਵਾਹ ਅਸਾਂ ਆਪਣੀ ਜ਼ਬਾਨ ਨਾਲ ਇਹ ਹਾਲ ਕੀਤਾ ਕਿ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਆਪਣੇ ਬਾਲਾਂ ਨਾਲ ਉਹ ਜ਼ਬਾਨ ਨਹੀਂ ਬੋਲਦੀਆਂ ਹਾਂ ਔਰ ਅਗਰ ਉਹ ਜ਼ਬਾਨ ਬੋਲਦੀਆਂ ਹੁੰਦੀਆਂ ਇਹਦੇ ਵਿੱਚ ਤਾਲੀਮ ਹੁੰਦੀ ਸਾਰੀ ਬਿਕੋਨਾ ਫ੍ਰਾਂਸੀਸੀ ਜੇਕਰ ਸਾਰੀ ਆਈਟੀ ਦੀ ਤਾਲੀਮ ਹੋ ਸਕਦੀ ਹੈ ਮੈਡੀਕਲ ਦੀ ਹੋ ਸਕਦੀ ਹੈ ਜਰਮਨ ਦੀ ਹੋ ਸਕਦੀ ਹੈ ਤੇ ਇਹਦੇ ਵਿੱਚ ਕਿਉਂ ਨਹੀਂ ਹੋ ਸਕਦੀ ਇੰਡੀਆ 'ਚ ਹੁੰਦੀ ਪਈਏ ਪੂਰੀ ਦੁਨੀਆ ਜੋ ਰਹੀ ਹੈ ਪੂਰੀ ਦੁਨੀਆ ਜੋ ਰਹੀ ਹੈ ਔਰੇ ਏਡੀ ਵੱਡੀ ਜ਼ਬਾਨ ਨੇ ਸਾਡੀ ਕਿ ਜਿਹਦੇ ਚ ਇੱਡਾ ਵੱਡਾ ਇਹਦਾ ਘੇਰਾ ਹੈ ਲੇਕਿਨ ਗੱਲ ਤੇ ਵੀ ਜਿਹਦੇ ਤੇ ਕੰਮ ਕਰਾਇਆ ਜਾਂਦਾ ਇਹਦੀਆਂ ਟਰਮਾਂ ਬਣਾਈਆਂ ਜਾਂਦੀਆਂ ਉਹਦੇ ਵਾਸਤੇ ਕੱਖ ਨਹੀਂ ਕੀਤਾ ਜਦੋਂ ਅਸੀਂ ਆਪਣੀ ਜ਼ੁਬਾਨ ਨਾਲ ਨਾ ਜੁੜੇ ਤੇ ਸਾਨੂੰ ਮੰਗੇ ਹੋਏ ਲੀੜੇ ਪਵਾ ਕੇ ਤੇ ਡੈਫੋਡਲ ਤੇ ਸਟਰਾਬੇਰੀ ਦੇ ਚੱਕਰ 'ਚ ਪਾਤਾ ਜੀ ਤੇ ਫੇਰ ਜਿੰਨਾ ਵੀ ਅਸੀਂ ਦਬਾਨ ਪਾਉਂਦੇ ਆ ਜੋ ਕਰਦੇ ਨੇ ਉਹ ਸਾਡੇ ਬੱਚੇ ਕਿਉਂ ਨਾ ਕਰਨਗੇ ਆਹਾਹਾ ਵਾ 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 ਜੋ ਉਹਨਾਂ ਦਾ ਲਿਬਾਸ ਏ ਅੱਜ ਵੀ ਚੰਗੀ ਬਲੀ ਗੀਨ ਦੀ ਪੈਂਟ ਨੂੰ ਲੈ ਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਉੱਥੇ ਦੇ ਸਟੂਡੈਂਟ ਸਭ ਤੋਂ ਮਾੜਾ ਤਬਕਾ ਹੁੰਦਾ ਹ ਹੂੰ ਉੱਥੇ ਤੇ ਮੈਂ ਆਪ ਜਰਮਨੀ ਜੀ ਵੇਖਿਆ ਕਿ ਉਹ ਵਿਚਾਰਿਆਂ ਇੱਕੋ ਜੀਨ ਉਹਨਾਂ ਪਾਣੀ ਤੋਂ ਥੱਲੇ ਬੁਰਬ ਘਸ ਘਸ ਕੇ ਪਾਟੀ ਲਗੀ ਜਾਣੀ ਤੋਂ ਗੋਡਿਆਂ ਤੱਕ ਆ ਜਾਣੀ ਇੱਥੇ ਨਵੀਂ ਜੀਨ ਨੂੰ ਲੈ ਕੇ ਇਹ ਲੋਕ ਫਿਟੇ ਗਿਆਨ ਬੁੱਝ ਕੇ ਉਹਨੂੰ ਇੱਥੇ ਗੋਡਿਆਂ ਤੇ ਮੋਰੀਆਂ ਕਰਾਉਂਦੇ ਨੇ ਹਾਂਜੀ ਇਥੋਂ ਪਾੜਦੇ ਨੇ ਥੱਲੇ ਅੱਗੋਂ ਪਿੱਛੋਂ ਵੀ ਜਨਾਬ ਉਹਨੂੰ ਤੋਂ ਟੋਕਾਂ ਲਾ ਕੇ ਉਹ ਗੱਲ ਏ ਇਹਨਾਂ ਦੇ ਜ਼ਿਹਨ ਦੇ ਅੰਦਰ ਉਹ ਗੁਲਾਮੀ ਵੜੀ ਆ ਜਿੰਨਾ ਜਿਹੜੇ ਆਪਣੇ ਵਿਰਸੇ ਨਾਲ ਜੁੜਨਗੇ ਸਾਡਾ ਵਿਰਸਾ ਇਸ ਰੰਦਾ ਆ ਸੀ ਨਹੀਂ ਸੀ ਅਸਤਗਫਰुल्लाह ਸਾਡਾ ਵਿਰਸਾ ਇਸ ਰੰ ਦਾ ਇਹ ਨਹੀਂ ਸੀ ਸਾਡੇ ਬੱਚਿਆਂ ਨੂੰ ਅਗਰ ਸੂਫੀਆਦਮ ਪੜਾਇਆ ਜਾਂਦਾ ਇੱਥੇ ਬਾਬਾ ਫਰੀਦ ਪੜਾਇਆ ਜਾਂਦਾ ਬੁੱਲਾ ਪੜਾਇਆ ਜਾਂਦਾ ਸ਼ਾਹ ਹਸੈਨ ਪੜਾਇਆ ਜਾਂਦਾ ਸਾਡੀ ਸਾਡੇ ਬੱਚੇ ਕਦੀ ਬਾਹਿਆਤੀ ਨਾ ਕਰਦੇ ਔਰ ਇਹ ਬਾਹਿਆਤੀ ਦਾ ਕਾਰਨ ਸਿਰਫ ਇਹ ਵੇ ਕਿ ਅਸੀਂ ਮੰਗੇ ਹੋਏ ਲੀੜੇ ਮੰਗਾ ਹੋਇਆ ਕਲਚਰ ਮੰਗੀ ਹੋਈ ਜ਼ਬਾਨ ਔਰ ਸਾਰਾ ਕੁਝ ਜਿਹੜਾ ਮੰਗਿਆ ਹੋਇਆ ਇਹਨਾਂ ਦੇ ਗਲਤਕੇ ਨਾ ਪਾ ਦਿੱਤਾ ਔਰ ਇਹਦਾ ਨਤੀਜਾ ਫਿਰ ਇਹ ਹੀ ਆਗੇ ਜਿਹੜੀ ਗੁਲਾਮੀ ਦੀਆਂ ਜਿਹੜੀਆਂ ਆਫਟਰ ਇਫੈਕਟ ਜਿਹੜੇ ਹੁੰਦੇ ਨੇ ਜਿਹਨੂੰ ਜਿਹੜੇ ਬਾਅਦ ਆ ਦੇ ਪੈਣ ਵਾਲੇ ਅਸਰ ਹੁੰਦੇ ਨੇ ਉਹ ਸਾਡੇ ਤੇ ਪੈ ਰਹੇ ਨੇ ਔਰ ਅਸੀਂ ਇਹਦੇ ਤੋਂ ਜਾਨ ਛੁਡਾਣੀ ਏ ਤੇ ਸਾਨੂੰ ਇੱਥੇ ਬਹੁਤ ਪੂਰੀ ਆਪਣੀ ਜ਼ੁਬਾਨ ਨੂੰ ਦریعਾ ਤਾਲੀਮ ਬਣਾਉਣਾ ਪਏਗਾ ਪੂਰੀ ਜ਼ੁਬਾਨ ਇਹਦੇ ਵਿੱਚ ਸਾਰਾ ਕੁਝ ਸਾਰਾ ਸਾਇੰਸ ਸਾਰਾ ਮੈਡੀਕਲ ਸਾਰੀ ਆਈਟੀ ਸਾਰੀ ਇੰਜੀਨੀਅਰਿੰਗ ਇਹਦੇ ਵਿੱਚ ਸਾਨੂੰ ਲਿਆਉਣੀ ਪਏਗੀ ਜਦੋਂ ਅਸੀਂ ਇਹ ਲਿਆਵਾਂਗੇ ਸਾਡੇ ਧਰਤੀ ਦੇ ਬੱਚੇ ਆਪਣੀ ਜ਼ਬਾਨ ਪੜਨਗੇ ਧਰਤੀ ਨਾਲ ਜੁੜਨਗੇ ਤੇ ਮੱਥੇ ਬੇ ਕਿ ਉਹਨਾਂ ਨੂੰ ਉਹ ਜਦੋਂ ਸੂਫੀਆਂ ਨੂੰ ਪੜਨਗੇ ਤਾਂ ਉਹਨਾਂ ਦੇ ਅੰਦਰੋਂ ਸੂਫੀਏ ਜਮ ਪੁੰਗਰੇਗਾ ਜਰਾਇਮ 50% ਉਂਝੀ ਘਟ ਜਾਏਗਾ ਵਾਹ ਵਾਹ ਤਬਾਹੀਆਤੀ ਮੁੱਕ ਜੇਗੀ ਜਦੋਂ ਆਈ ਸਾਨੂੰ ਅੰਗਰੇਜ਼ਾਂ ਅੰਗਰੇਜ਼ੀ ਜ਼ਬਾਨ ਪੜਾਈ ਜਾ ਰਹੀ ਹੈ ਤੇ ਜੋ ਅੰਗਰੇਜ਼ੀ ਡਰਾਮਿਆਂ ਚ ਹੁੰਦਾ ਹੈ ਜੋ ਅੰਗਰੇਜ਼ੀ ਕਲਚਰ ਚ ਹੁੰਦਾ ਹੈ ਜ਼ਾਹਰ ਹੈ ਅੰਗਰੇਜ਼ੀ ਪੜ ਕੇ ਨਾ ਅੰਗਰੇਜ਼ੀ ਡਰਾਮੇ ਵੇਖਣੇ ਨੇ ਅੰਗਰੇਜ਼ੀ ਫਿਲਮਾਂ ਵੇਖਣੀਆਂ ਨੇ ਔਰ ਉਹ ਜੋ ਉਸ ਤਰ੍ਹਾਂ ਕਰਦੇ ਨੇ ਉਹਨਾਂ ਦੀ ਜੋ ਗੱਲ ਮੱਲੇ ਫਰੀ ਮਿਕਸਿੰਗ ਕੋ ਬਰਾਈ ਨਹੀਂ ਸਮਝੀ ਜਾਂਦੀ ਹਾਂ ਤੇ ਜਦੋਂ ਇੱਥੇ ਅਸੀਂ ਮੁਸਲਮਾਨ ਹੁੰਦੇ ਆ ਜਾਂ ਸਾਡਾ ਜਿਹੜਾ ਕਲਚਰ ਹੈ ਸ਼ਰਮ ਉਹ ਜਿਆਦਾ ਕਲਚਰ ਸੀ ਜਿੰਨੂੰ ਇਹਨਾਂ ਦੀ ਇਹ ਜਿਹੜੀ ਜਿੰਨੂੰ ਮਾਡਰਨ ਆਂਦੇ ਨੇ ਹਾਂਜੀ ਮੈਂ ਇਹਨੂੰ ਮਾਡਰਨ ਨਹੀਂ ਮੰਨਦਾ ਇਹ ਜਿਹੜਾ ਪੜ੍ਹਾਈ ਦਾ ਤਰੀਕਾ ਹੈ ਇਹਨੇ ਬੇੜਾ ਗਰ ਕਰਕੇ ਰੱਖ ਦਿੱਤਾ ਔਰ ਇਹ ਕਿਸੇ ਸੂਰਤ 'ਚ ਵੀ ਠੀਕ ਨਹੀਂ ਹੋ ਸਕਦੀ ਜਿੰਨਾ ਚਿਰ ਪਾਰਸ਼ਾ ਠੀਕ ਜਗ੍ਹਾ ਤੇ ਨਾ ਲਾਇਆ ਗਿਆ ਵਾਹ ਪਾਰਸ਼ਾ ਠੀਕ ਜਗ੍ਹਾ ਤੇ ਲੱਗੇਗਾ ਤੇ ਛੱਤ ਕੋણો ਮੁੜੇਗਾ ਔਰ ਇਹਨਾਂ ਨੇ ਪੂਰਾ ਸੁਸਾਇਟੀ ਵੇਖ ਲੋ ਇੱਥੇ ਕੋਈ ਰਿਸ਼ਵੱਲਾ ਨਾ ਬੁਰਾਈ ਨਹੀਂ ਸਮਝਦਾ ਝੂਠ ਬੋਲਣਾ ਬੁਰਾਈ ਨਹੀਂ ਸਮਝਦਾ ਇਹ ਸਾਰਾ ਕੁਝ ਸਾਨੂੰ ਕਿੱਥੋਂ ਸਿਕਾਇਆ ਗਿਆ ਇਹ ਜਿਹੜੀਆਂ ਉਬੜ ਜਬਾਨਾਂ ਨੇ ਉਹਨਾਂ ਦੇ ਵਿੱਚੋਂ ਕਿਉਂਕਿ ਉਬੜ ਜਬਾਨ ਪੜਾਣਾ ਵੀ ਦੇਖ ਝੂਠ ਹੈ ਹਾਂ ਬੱਚੇ ਨੂੰ ਇੱਕ ਪਤਾ ਹੈ ਕਿ ਇਹ ਝੂਠ ਹੈ ਔਰ ਸਾਹੀ ਐਡੇ ਖਲਾਕੋ ਕਮਜ਼ੋਰ ਹੋ ਗਏ ਆ ਕਿ ਘਰ ਜਨਾਬ ਬਾਹਰ ਕੋ ਬੰਦਾ ਆਵਾਜ਼ ਦੇਵੇ ਕਿ ਉਹ ਅੱਬਾ ਜੀ ਨੂੰ ਆਵਾਜ਼ ਮਾਰੋ ਜਾਂ ਫਲਾਣੇ ਨੂੰ ਆਵਾਜ਼ ਮਾਰੋ ਤੇਜ਼ੀ ਆਖਰ ਨੇ ਉਹਨਾਂ ਨੂੰ ਦੱਸ ਕੇ ਘਰ ਕੋਈ ਨਹੀਂ ਹਲੀ ਬੇਕਾਰੀਆਂ ਐਡੇ اخਲਾਕੀ ਤੌਰ ਤੇ ਅਸੀਂ ਥੱਲੇ ਡਿੱਗ ਪਏ ਆ ਹਾਲਾ ਰਸੂਲ ਕੇ ਅਸੂਲ ਹੈ ਵੇ ਕਿ ਉਹਨੂੰ ਜਾ ਕੇ ਮਿਲੋ ਹਾਂਜੀ ਤੁਸੀਂ ਉਹਦਾ ਕੰਮ ਨਹੀਂ ਕਰ ਸਕਦੇ ਜੋ ਵੀ ਇਮਾਦਤ ਕਰ ਲੋ ਲੇਕਿਨ ਇਹ ਬੜੀ ਵੱਡੀ ਬਦਖਲਾਕੀ ਹੈ ਕਿ ਆਖਣਾ ਮੈਂ ਘਾਰੀ ਕੋ ਨਹੀਂ ਆਪਨੇ ਬੱਚੇ ਨੂੰ ਖੁਦ ਝੂਠ ਬੋਲਣ ਦੀ ਤਰਜੀਬ ਬੱਚੇ ਨੂੰ ਝੂਠ ਬੋਲਣ ਦੀ ਤਰਗੀਬ ਦੇਣੀ ਉਹ ਜਿਹੜੇ ਘਰਾਂ 'ਚ ਰਿਸ਼ਵਤ ਦੇ ਪੈਸੇ ਆਉਂਦੇ ਨੇ ਬੱਚੇ ਨਹੀਂ ਦੱਸਦਾ ਹਾਂ ਔਲਾਦ ਕਿਵੇਂ ਹਲਾਲਦੀ ਹੋਏ ਜੀ ਇਲਾਜ ਕਿਵੇਂ ਹਲਾਲ ਦੇ ਕੰਮ ਕਰੇਗੀ ਵਾਹ ਜੋ ਬੀਜਣਾ ਜੀ ਸੋਈ ਵੱਢਣਾ ਜੀ ਨਾ ਜੀ ਵਾਹ ਤੋਂ ਜੋ ਅਸਾਂ ਬੀਜਿਆ ਹਾਂਜੀ ਇਹ ਭਖੜਾ ਬੀਜ ਕੇ ਤੇ ਅਸੀਂ ਆਖੀਏ ਕਿ ਇੱਥੇ ਦਿਵਾਨੇ ਉੱਗ ਪੈਣਗੇ ਇਹ ਕਿਵੇਂ ਹੋ ਸਕਦਾ ਤਦ ਹੀ ਨਹੀਂ ਹੋ ਸਕਦਾ ਹਾਂਜੀ ਅੱਖ ਬੀਜ ਕੇ ਕਿਸੇ ਨਾ ਅੰਬ ਖਾਦੇ ਉੱਤੇ ਕਿੰਬ ਛਤੂਤ ਨਾ ਆਇਆ ਹੀ ਵਾਰਸ ਬੀਜਿਆ ਹੀ ਸਦਾ ਵੱਢਣਾ ਹੈ ਸਭੋ ਦਾਨਿਆਂ ਹੈ ਫਰਮਾਇਆ ਹੀ ਵਾਹ ਵਾਹ ਬਹੁਤ ਅੱਛਾ ਲੋ ਜੀ ਨਸੀਰ ਬਾੜ ਸਾਹਿਬ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਤੇ ਬੜਾ ਹੀ ਖੂਬਸੂਰਤ ਬਾਬਾ ਜੀ ਨੇ ਦਿੱਤਾ ਦੇਖੋ ਨਾ ਜਦੋਂ ਅਸੀਂ ਆਪਣੀ ਜ਼ੁਬਾਨ ਬੋਲੀਏ ਆਪਣੀ ਜ਼ੁਬਾਨ ਦੇ ਵਿੱਚ تعلیم ਦੇਈਏ ਫਿਰ ਲਾਜ਼ਮੀ ਅਸੀਂ ਬਾਬਾ ਜੀ ਫਰੀਦੁੱਦின் ਗੰਜੇ ਸ਼ਕਰ ਨੂੰ ਵੀ ਪੜਾਂਗੇ ਅਸੀਂ حضرت ਸੁਲਤਾਨ ਬਾਹੂ ਨੂੰ ਪੜਾਂਗੇ ਅਸੀਂ ਸ਼ਾਹ ਹੁਸੈਨ ਲਾਹੌਰੀ ਨੂੰ ਪੜਾਂਗੇ ਅਸੀਂ ਪੀਰ ਵਾਰਿਸ ਸ਼ਾਹ ਸੈਦ ਨੂੰ ਪੜਾਂਗੇ ਅਸੀਂ ਹਜ਼ੂਰ ਬੁੱਲੇ ਸ਼ਾਹ ਨੂੰ ਪੜਾਂਗੇ ਮੀਆਂ ਮੁਹੰਮਦ ਬਖਸ਼ ਆਰਿਫੇ ਖੜੀ ਨੂੰ ਪੜਾਂਗੇ ਅਸੀਂ ਖ्वाजा ਗੁਲਾਮ ਫਰੀਦ ਕੋਟ ਮਠਣ ਵਾਲਿਆਂ ਨੂੰ ਪੜਾਂਗੇ ਤੇ ਜਦੋਂ ਸੋਹਣਿਓ ਅਸੀਂ ਆਪਣੇ ਬਾਬਿਆਂ ਨੂੰ ਪੜਾਂਗੇ ਉਹਨਾਂ ਦੀਆਂ ਮਤ ਭਰੀਆਂ ਸ਼ਾਇਰੀਆਂ ਉਹਨਾਂ ਦੇ ਸ਼ਲੋਕ ਸਾਨੂੰ ਯਾਦ ਹੋਣਗੇ ਅਸੀਂ ਅਲਹਮਦੁਲਿਲਾ ਅੱਲਾ ਪਾਗ ਦੇ ਕਰਮ ਨਾਲ اخلاق باਖਤਗੀ ਤੋਂ ਦੂਰ ਹੋ ਜਾਵਾਂਗੇ ਕੋਸੋਂ ਦੂਰ ਹੋ ਜਾਵਾਂਗੇ ਅਸੀਂ ਬਾ اخلاق اور ਮੁਹੱਜ਼ਬ ਕੌਮ ਬਣ ਜਾਵਾਂਗੇ ਕਿੰਡੀ ਸੋਹਣੀ ਗੱਲ ਹੈ ਕਿ ਜਿੰਨਾ ਲੋਕਾਂ ਦੀ ਅਸੀਂ ਜ਼ੁਬਾਨ ਬੋਲਨੇ ਆ ਫਿਰ ਕਲਚਰ ਵੀ ਤੇ ਅਸੀਂ ਉਹਨਾਂ ਦਾ ਹੀ ਅਡਾਪਟ ਕਰਨਾ ਨਾ ਜਿਹੜਾ ਤੁਸੀਂ ਯੂਨੀਵਰਸਿਟੀ ਦੀ ਛਾਤ ਦਾ ਹਵਾਲਾ ਦਿੱਤਾ ਹੈ ਇਹ ਸਾਰੇ ਉਸੇ ਜ਼ੁਬਾਨ ਔਰ ਉਸੇ ਕਲਚਰ ਦੀ ਜਿਹੜੀ ਇੱਥੇ ਆਮਦ ਹੈ ਇਹ ਉਹਦੇ ਹੀ ਮਜ਼ਰਰਾਤ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇੰਗਲਿਸ਼ ਨਹੀਂ ਸਿੱਖਣੀ ਚਾਹੀਦੀ ਆਲਮੀ ਰابطੇ ਦੀ ਜ਼ੁਬਾਨ ਹੈ ਉਹਨੂੰ ਜ਼ਰੂਰ ਸਿੱਖੋ ਇੰਗਲਿਸ਼ ਵੀ ਬੋਲੋ ਬਾਹਰ ਅਗਰ ਕਿਸੇ ਨੇ ਜਾਣਾ ਹੈ ਕੋਈ ਕਾਰੋਬਾਰ ਕਰਨਾ ਹੈ ਇੰਟਰਨੈਸ਼ਨਲ ਆਲਮੀ ਮਾਰਕੀਟ ਦੇ ਵਿੱਚ ਮੰਡੀਆਂ ਦੇ ਵਿੱਚ ਜਾ ਕੇ ਅਸੀਂ ਆਪਣੀਆਂ ਪ੍ਰੋਡਕਟਸ ਵੇਚਣੀਆਂ ਨੇ ਤੇ ਸਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਲੇਕਿਨ ਉਹਨੂੰ ਸਿਰਫ ਰਾਬਤੇ ਦੀ ਜ਼ੁਬਾਨ ਦੇ ਤੌਰ ਤੇ ਰੱਖੋ ਨਾ تعلیم ਦੀ ਜ਼ੁਬਾਨ ਅਸੀਂ ਆਪਣੀ ਮਾਂ ਬੋਲੀ ਨੂੰ ਜਦੋਂ ਬਣਾਵਾਂਗੇ ਇਨਸ਼ਾਅੱਲਾ ਅੱਲਾਹ ਪਾਕ ਦੇ ਕਰਮ ਨਾਲ ਸਾਡੇ ਕਲਚਰ ਦੇ ਵਿੱਚ ਜਿਹੜਾ ਇਸਲਾਮੀ ਰੰਗ ਹੈ ਸਾਡਾ ਜਿਹੜਾ ਦੇਸ਼ ਪੰਜਾਬ ਦਾ ਆਪਸ ਦੇ ਵਿੱਚ ਬਾਹਮੀ ਮੇਲ ਜੋਲ ਸਾਡੇ ਆਪਣੇ ਵਰਤਾਰੇ ਸਾਡਾ ਜਿਹੜਾ ਆਪਸ ਦੇ ਵਿੱਚ ਆ ਮਬਤੀ ਵਰਤਾਰੇ ਸਨੇ ਸਲੂਕ ਹੈ ਉਹ ਹੋਰ ਨਿਖਰ ਕੇ ਸਾਹਮਣੇ ਆਵੇਗਾ ਬਾੜ ਸਾਹਿਬ ਤੁਸੀਂ ਤੇ ਇਸ ਗੱਲ ਨੂੰ ਜਾਣਦੇ ਹੋ ਕਿ ਸਾਡੇ ਦੇਸ਼ ਪੰਜਾਬ ਦੇ ਵਿੱਚ ਤੇ ਇੱਕ ਧੀ ਜਿਹੜੀ ਏ ਉਹਨੂੰ ਸਾਰਾ ਪਿੰਡ ਔਨ ਕਰਦਾ ਕਦੀ ਇਹ ਨਹੀਂ ਅਸ ਆਖਿਆ ਆਪਣੇ ਪੰਜਾਬ ਦੇ ਵਿੱਚ ਕਿ ਇਹ ਫਲਾਣੇ ਦੀ ਕੁੜੀ ਏ ਅਸੀਂ ਤੇ ਆਖਨੇ ਸਾਡੇ ਪਿੰਡ ਦੀ ਧੀ ਏ ਤੇ ਇੱਥੇ ਵਿਆਹੀ ਏ ਤੁਹਾਡੇ ਪਿੰਡ ਹਾਂਜੀ ਅਗਰ ਅਸੀਂ ਉਹਦਾ ਹਵਾਲਾ ਵੀ ਦੇਨੇ ਆ ਤੇ ਜਦੋਂ ਇੱਕ ਧੀ ਨੂੰ ਸਾਰਾ ਪਿੰਡ ਔਨ ਕਰੇ ਜਦੋਂ ਇੱਕ ਪੁੱਤਰ ਨੂੰ ਸਾਰਾ ਪਿੰਡ ਆਪਣਾ ਬੇਟਾ ਸਮਝੇ ਤੇ ਫਿਰ ਇਹੋ ਜਿਹੇ ਵਾਕਿਆਤ ਨਹੀਂ ਹੁੰਦੇ ਤਾਂ ਤੁਹਾਡਾ ਅਗਲਾ ਸਵਾਲ ਸੀ ਕਿ ਸਾਡੇ ਤੁਲਾਬਾ ਉਤਾਲਬਾ ਜਿਹੜੇ ਨੇ ਤਾਲੀਮੀ ਇਦਾਰਿਆਂ ਦੇ ਵਿੱਚ ਜ਼ੇਰੇ ਤਾਲੀਮ ਬੱਚੇ ਉਹ ਆਪਣੇ ਸਾਧ ਜੇ ਇਕਰਾਮ ਦਾ ਅਦਬ ਕਿਉਂ ਨਹੀਂ ਕਰਦੇ ਆਓ ਇਹਦਾ ਜਵਾਬ ਵੀ ਬਾਬਾ ਜੀ ਤੋਂ ਲਈਏ ਗੱਲ ਇਹ ਹੈ ਕਿ ਮੈਂ ਆਪਣੇ ਇੱਕ ਟੀਚਰ ਦੀ ਤੁਹਾਨੂੰ ਮਿਸਾਲ ਦੇਣਾ ਮੈਂ ਦਸਵੀਂ ਚ ਪੜਦਾ ਸਾਂ ਜੀ ਤੇ ਸਾਡੇ ਇੱਕ ਟੀਚਰ ਸਨ ਗੁਲਾਮ ਹਾਦਰ ਚੌਧਰੀ ਗੁਲਾਮ ਹਾਦਰ ਮਰਹੂਮ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਆਮੀਨ ਆਮੀਨ ਉਹ ਮੈਟ੍ਰਿਕ ਸਾਨੂੰ ਪੜਾਉਂਦੇ ਸਨ ਤੇ ਉਹਨਾਂ ਆਖਿਆ ਅਗੇ ਅਸੀਂ ਬੜੇ ਦੋ ਤਿੰਨ ਮੁੰਡੇ ਸਾਂ ਬੜੇ ਜ਼ਹੀਨ ਥਾ ਤੇ ਸਾਨੂੰ ਉਹਨਾਂ ਆਖਣਾ ਕਿ ਤੁਸੀਂ ਘਰ ਜਾਓ ਤੇ ਕਰੋ ਰੋਟੀ ਛੋਡੀ ਖਾ ਗੇ ਨਾ ਜੀ ਤੇ ਫੇਰ ਤੁਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਲੈ ਕੇ ਤੇ ਕਿਲੇ ਆ ਜਾਓ ਆ ਕਿਲਾ ਕਾਲਰ ਵਾਲਾ ਜੀ ਜੀ ਤੇ ਅਸੀਂ ਉਸ ਵਿੱਚ ਕਟਿਆਲੀਆਂ ਗਵਰਨਮੈਂਟ ਹਾਈ ਸਕੂਲ ਕਟਿਆਲੀਆਂ ਪਰ ਦੇ ਸਾਂ ਜੀ ਗਵਰਨਮੈਂਟ ਨਹੀਂ ਸੀ ਉਸ ਵਿੱਚ ਪ੍ਰਾਈਵੇਟ ਸੀ ਜੀ ਅੱਛਾ ਤੇ ਅਸਾਂ ਜਨਾਬ ਇੱਥੇ ਆਉਣਾ ਰੋਟੀ ਖਾਣੀ ਤੇ ਫੇਰ ਜਨਾਬ ਬਡ ਮਾਸਟਰ ਸਾਹਿਬ ਕੋ ਟੁਰ ਜਾਣਾ ਉਹਨਾਂ ਸ਼ਾਮ ਤੱਕ ਸਾਨੂੰ ਅੰਗਰੇਜ਼ੀ ਪੜਾਣੀ ਇੱਕ ਪੈਸਾ ਨਹੀਂ ਸਾਡੇ ਕੋਲ ਲੈਣਾ ਬਲਕਿ ਗਰਮੀਆਂ 'ਚ ਜਨਾਬ ਸਕੰਜਵੀ ਵਗੈਰਾ ਜੋ ਸ਼ੂਸ ਪਿਆਣੇ ਚਾਹ ਵੀ ਪਿਆਣੀ ਸਿਆਲ 'ਚ ਹਾਂਜੀ ਕਈ ਵਾਰ ਦੁਕਾਨ ਪੀਣ ਵਾਲੀ ਚਾਹ ਵੀ ਲੈ ਆ ਕੇ ਦੇਣੀ ਵਾਹ ਤੇ ਆਖਣਾ ਪੁੱਤਰੋ ਖਾਓ ਅੱਜ ਦਾ ਦੁੱਖ ਇਹ ਹੈ ਅੱਜ ਦੀ ਜਿਹੜੀ ਟ੍ਰੈਜੇਡੀ ਹੈ ਸਾਡੀ ਕਿ ਕੋਈ ਟੀਚਰ ਕਿਤਾਬ ਨੂੰ ਹੱਥ ਲਾਣਾ ਚੰਗਾ ਨਹੀਂ ਸਮਝਦਾ ਮੈਂ ਇੱਕ ਵਾਕਿਆ ਸੁਣਾਣਾ ਜੀ ਅਸੀਂ ਇੱਥੇ ਇੱਕ ਜਗ੍ਹਾ ਦਾ ਨਾਮ ਸੀ ਮੈਂ ਜਾਣ ਬੁੱਝ ਕੇ ਨਾਂ ਨਹੀਂ ਲੈਣਾ ਜੀ ਉੱਥੇ ਮੈਂ ਗਿਆ ਤੇ ਉੱਥੇ ਮੇਰੇ ਕੋਲ ਦੀਪ ਸਿੰਘ ਉਹਨਾਂ ਨੇ ਦਾਵਤ ਕੀਤੀ ਜੀ ਇਹ ਅਡਮਾਸਟਰਾਂ ਦੀ ਉਹ ਬੰਦਾ ਸਾਡਾ ਕੋ ਮੁੰਡਾ ਉੱਥੇ ਅਮਰੀਕਾ ਹੁੰਦਾ ਸੀ ਜੀ ਉਹਨੇ ਆਖਿਆ ਕਲਾਸ ਉਹਦੇ ਪੁਰਾਣੇ ਟੀਚਰ ਇਕੱਠੇ ਕਰਕੇ ਤੇ ਮੈਂ ਇਹਨਾਂ ਦੀ ਕੋ ਖਿਦਮਤ ਕਰਾਂ ਜੀ ਉਹਨੇ ਉੱਥੇ ਨਾ ਡੇਗਾ ਦੁਗਾ ਚੜਾਈਆਂ ਮਟਨ ਛਟਣ ਜੇ ਉਹ ਬਾਬਾ ਅੱਛਾ ਕਿਸਮ ਦਾ ਖਾਣਾ ਮੈਂ ਵੀ ਉੱਥੇ ਚਲਾ ਗਿਆ ਮੈਨੂੰ ਨਾ ਆਖੇ ਤੁਸੀਂ ਬਾਜੀ ਆਇਆ ਜੇ ਮੈਂ ਤਹਿਮਤ ਬੱਧਾ ਤੇ ਮੋਢੇ ਤੇ ਪਰ ਨਾ ਰੱਖਿਆ ਜੀ ਤੇ ਮੈਂ ਚਲਾ ਗਿਆ ਮੈਂ ਉੱਥੇ ਸਕੂਲ ਚ ਜਾ ਕੇ ਬਹਿ ਗਿਆ ਮਾਸਟਰ ਸਾਹਿਬ ਨੂੰ ਦੱਸਿਆ ਉਹਨਾਂ ਨੇ ਜੀ ਤੁਸੀਂ ਕੌਣ ਹੋ ਤੇ ਕਿੱਥੋਂ ਆਇਓ ਮੈਂ ਆਖਿਆ ਜੀ ਮੈਂ ਇਹਨਾਂ ਦਾ ਰਿਸ਼ਤੇਦਾਰ ਹਾਂ ਜਿਨ੍ਹਾਂ ਨੇ ਤੁਹਾਡੀ ਦਾਵਤ ਕੀਤੀ ਹੈ ਜੀ ਤੇ ਮੈਨੂੰ ਵੀ ਉਹਨਾਂ ਗਿਆ ਸੀ ਮੈਂ ਇਸ ਵਾਸਤੇ ਆ ਗਿਆ ਹਾਂ ਜੀ ਇਹ ਮੈਨੂੰ ਨਾ ਮਾਸਟਰ ਸਾਹਿਬ ਨੇ ਪੁੱਛਿਆ ਕਿ ਕਰਦੇ ਕੀ ਹੋ ਹਾਂ ਮੈਂ ਆਖਿਆ ਜੀ ਮੈਂ ਤੇ ਕੋਈ ਸ਼ੇਰ ਲਿਖਣਾ ਮਾਰੇ ਮੋٹے ਤੇ ਮੈਂ ਹੋਰ ਕੁਝ ਵੀ ਨਹੀਂ ਕਰਦਾ ਮਾੜੀ ਮੋਟੀ ਸ਼ਾਇਰੀ ਕਰਨਾ ਉਹਨਾਂ ਪੈਂਦੜੀ ਨਾ ਲਾਮਾ ਅਕਬਾਲ ਦਾ ਸ਼ੇਰ ਗਲਤ ਪੜਿਆ ਉਹਨਾਂ ਆਖਿਆ ਹੈ ਸ਼ਾਇਰ ਇਲਾਹ ਹੋਤੀ ਉਹ ਸਿਰ ਰਜ਼ਕ ਸੇ ਮੌਤ ਅਚੀ ਅਲਾ ਸਹੀਦ ਇਲਾਹ ਹੋਤੀ ਹੈ ਨਾ ਜੀ ਹਾਂ ਜੀ ਹਾਂ ਜੀ ਅੱਛਾ ਉਹ ਮੈਂ ਚੁੱਪ ਕਰ ਰਿਹਾ ਮੈਂ ਕਿਹਾ ਡਮਾਸਟਰ ਸਾਹਿਬ ਫੜੇ ਗਿਆ ਨਹੀਂ ਉਹੀ ਸਕੇਲ ਦੇ ਡਮਾਸਟਰ ਸਾਹਿਬ ਸਨ ਹਾਂ ਜੀ ਬਾਅਦ ਚ ਆਖਿਆ ਜੀ ਮੈਂ ਤੇ ਪੰਜਾਬੀ ਦਾ ਸ਼ੇਰ ਪੰਜਾਬੀ ਦੀ ਸ਼ਾਇਰੀ ਕਰਨਾ ਜੀ ਉਹਨਾਂ ਆਖਿਆ ਜੀ ਤੇ ਬਰਤਖਾ ਨੇ ਵਾਕਈ ਲਿਖਿਆ ਜੀ ਪੰਜਾਬੀ ਦੀ ਕੀ ਬਾਤ ਹੈ ਗੇੜੀਆਂ ਲੈਨ ਉਡਾਰੀਆਂ ਨਾਲ ਬਾਜ਼ਾਂ ਉਤੇ ਬੁਲਬਲਾ ਥੱਕ ਮਰੀਂਦੀਆਂ ਨਹੀਂ ਮੈਂ ਆਖਿਆ ਬਾਬ ਖਦਮਾਸਦਰ ਸਾਹਿਬ ਫੇਰ ਫੜੇ ਗਿਆ ਮੈਂ ਉਹਨਾਂ ਨੂੰ ਦੱਸਿਆ ਵੀ ਜਨਾਬ ਇਹ ਤਾਇਰੇ ਲਾਹੂਤੀ ਏ ਫੇ ਮੈਂ ਉਹਨਾਂ ਨੂੰ ਦੱਸਿਆ ਲਾਹੂਤ ਕੀ ਹੁੰਦਾ ਹੈ ਨਾ ਸੂਤ ਕੀ ਹੁੰਦਾ ਹੈ ਫੇ ਮੈਂ ਦੱਸਿਆ ਕਿ ਵਾਰਿਸ਼ਾਹ ਨੇ ਜਿਹੜਾ ਲਿਖਿਆ ਨਾ ਉਹ ਬੁਲਬਲਾ ਥੱਕ ਮਰੀਂਦੀਆਂ ਨਹੀਂ ਮਰੀਂਦੀਆਂ ਤੇ ਮਰੇਂਦੀਆਂ 'ਚ ਫਰਕ ਹੁੰਦਾ ਵਾਹ ਫਿਰ ਉਹ ਲਾਉਈ ਗਿਦੇ ਆਪਣੀ ਜ਼ੁਬਾਨ ਪੜੀ ਹੁੰਦੀ ਉਹਦੇ ਮਾਸਟਰ ਨੇ ਤੋ ਮੇਰੇ ਕੋਲੋਂ ਤੇ ਨਾਨਾ ਇਸ ਤਰ੍ਹਾਂ ਹਾਨਤ ਕਰਵਾਉਂਦਾ ਆ ਮੈਂ ਕਿਹਾ ਮਰੀਂਦੀਆਂ ਹੁੰਦਾ ਆ ਆਪ ਮਰਦੀਆਂ ਨਾ ਮਾਰ ਚੋ ਦਾ ਮਰੀਂਦਾ ਪਿਆਈ ਹਾਂ ਤੇ ਮਰੀਂਦੀਆਂ ਕਿਸੇ ਨੂੰ ਮਾਰਦੀਆਂ ਉਹ ਫਲਾਣਾ ਫਲਾਣੇ ਕੋ ਮਰੀਂਦਾ ਪਿਆ ਹਾਂ ਤੋ ਗੱਲ ਇਹ ਐ ਤੋ ਜਦੋਂ ਇੱਕ ਬੰਦਾ ਉਨੀਆਂ ਸਕੇਲ ਦਾ ਅਡਮਾਸਟਰ ਹੋਏਗਾ ਔਰ ਉਹਨੂੰ ਇਹਨਾਂ ਲਫ਼ਜ਼ਾਂ ਦਾ ਪਤਾ ਨਾ ਹੋਏਗਾ ਔਰ ਉਹ ਜਦੋਂ ਬੱਚਿਆਂ ਨੂੰ ਸਟੂਡੈਂਟ ਸਟੂਡੈਂਟਾਂ ਨੂੰ ਆਪਣਾ ਗਲਤ ਹੀ ਲਫ਼ਜ਼ ਪਾਸ ਕਰ ਦੇਗਾ ਹਾਂ ਜੀ ਇਹ ਨਤੀਜਾ ਕੀ ਹੋਇਆ ਉਹ ਬੜਬੋਦੀਆਂ ਬਣਾਨਦਾ ਕਿ ਅਗਲੇ ਦਿਨ ਇੱਕ ਟੀਵੀ ਤੇ ਮੈਂ ਬੈਠਾ ਤੇ ਉਹ ਸਾਡਾ ਇੱਕ ਦੋਸਤ ਐਂਕਰ ਮੈਂ ਨਾਂ ਉਹਦਾ ਨਹੀਂ ਲੈਣਾ ਜੀ ਉਹਨੇ ਆਖਿਆ ਨਾ ਨੌਮਨ ਤੇਲ ਹੋਗਾ ਨਾ ਰਾਦਾ ਨਾਚੇਗੀ ਮੈਂ ਉਹਨੂੰ ਟੈਲੀਫੋਨ ਬਾਅਦ ਕੀਤਾ ਮੈਂ ਕਿਹਾ ਤੇਲ ਨਹੀਂ ਹੋ ਤੀਆ ਲਿਓ ਖੁਦਾ ਦਿਓ ਬੰਦੇਓ ਤੁਸੀਂ ਉਰਦੂ ਦੀ ਵੀ ਕਬਰ ਕੱਢ ਚੜੀ ਆ ਤੇਲ ਦੇਵਰ ਨੂੰ ਆਂਦੇ ਨੇ ਵਾਹ ਵਾਹ ਕਿ ਮੈਂ ਕਹੇ ਤੇਲ ਨਾਲ ਰਾਦਾ ਦਾ ਨੱਚਣਾ ਉਹਨੇ ਛੜੀਆਂ ਮਾਰਨੀਆਂ ਹਨ ਤੇਲ ਕੇ ਨਹੀਂ ਤੇ ਤੇਲ ਤੇ ਨੱਚੇ ਤੋ ਤਿਲਕ ਕੇ ਲੱਤ ਤਾ ਆਵੇ ਲੱਤ ਕਿਤੇ ਲੱਤ ਕੜਾਣੀ ਸੂ ਇਹਨੂੰ ਆਂਦੇ ਨੇ ਬਾਦ ਇਲਮੀ ਵਾਹ ਇੱਕ ਬੇ ਇਲਮੀ ਹੋਣਾ ਬੇ ਇਲਮੀ ਤੇ ਛੋਟਾ ਗੁਨਾਹ ਹੈ ਬਾਦ ਇਲਮੀ ਵੱਡਾ ਗੁਨਾਹ ਹੈ ਵਾਹ ਔਰ ਬਾਦ ਇਲਮੀ ਕਿਉਂ ਹੋਈਏ ਸਾਨੂੰ ਉਹ ਬੜਬੋਲੀਆਂ ਪੜਾਉਣ ਦੀ ਵਜ੍ਹਾ ਨਾਲ ਕਿਉਂਕਿ ਸਾਡਾ ਜਿਹੜਾ 100% ਕੰਫੀਡੈਂਸ ਹੈ ਨਾ ਆਪਣੀ ਜ਼ੁਬਾਨ ਤੇ ਉਹ ਸਿਰਫ ਆਪਣੀ ਜ਼ੁਬਾਨ ਤੇ ਹੀ ਹੋ ਸਕਦਾ ਹੈ ਜਿਹੜੀ ਤੁਸੀਂ ਗਲੀਆਂ ਤੋਂ ਸਿੱਖਦੇ ਹੋ ਜਿਹੜੀ ਤੁਸੀਂ ਪੈਲੀਆਂ ਵਿੱਚ ਫਿਰਦੇ ਹੋਏ ਸਿੱਖਦੇ ਹੋ ਜਿਹੜੇ ਬੇਰੀਆਂ ਤੋਂ ਬੇਰ ਤੋੜਦੇ ਸਿੱਖਦੇ ਹੋ ਜਿਹੜੀ ਕਿਸੇ ਦੀ ਖੋਤੀ ਭਜਾਉਂਦਿਆਂ ਆ ਸਿੱਖਦੇ ਆ ਨਿੱਕੇ ਹੁੰਦੇ ਆਂ ਇਹ ਕੰਫੀਡੈਂਸ ਉਸੇ ਜ਼ੁਬਾਨ ਦੇ ਪਰੋ ਹੋ ਸਕਦਾ ਵਾਹ ਵਾਹ ਤੂੰ ਗੱਲ ਇਹ ਕਿ ਮੰਗੇ ਲੀੜੇ ਜਦੋਂ ਤੱਕੇ ਨਾਲ ਅਸੀਂ ਕਿਸੇ ਨੂੰ ਪਵਾ ਦਿਆਂਗੇ ਤੇ ਉਹਦਾ ਨਤੀਜਾ ਫਿਰ ਇਹ ਹੀ ਨਿਕਲਣਾ ਹੈ ਔਰ ਇਹ ਹੀ وجہ ਇਹ ਸਾਡੇ ਜਿਹੜੇ ਟੀਚਰ ਨੇ ਉਹਨਾਂ ਦਾ ਇੱਕ ਤੇ ਵੇਕੇ ਇਲਮ ਨਾਲੋਂ ਟੁੱਟ ਗਿਆ ਹਾਂ ਦੂਜੀ ਗੱਲ ਇਹ ਵੇਕੇ ਲਾਲਚ ਦੇ ਪਿੱਛੇ ਇਹਨਾਂ ਟਿਵੀਸ਼ਨਾਂ ਪੜਾਣੀਆਂ ਸ਼ੁਰੂ ਕਰਤੀਆਂ ਇਹ ਸਾਰਾ ਕੰਮ ਠਾਕੇ ਬਣਾਉਣ ਵਾਲਾ ਹੋਇਆ ਹਾਂ ਜਿੰਨਾ ਜਿਹੜੇ ਨੂੰ ਸਾਰੇ ਨੂੰ ਵੇਖੋ ਨਾ ਛੋਟਾ ਜਿਹਾ ਇੱਕ ਛੋਟਾ ਜਿਹਾ ਪਰਦਾ ਗੱਡੀ ਦੇ ਵਿੱਚ ਖਰਾਬ ਹੋ ਜਾਏ ਤੇ ਗੱਡੀ ਦਾ ਇੰਜਨ ਬੰਦ ਹੋ ਜਾਂਦਾ ਹਾਂ ਜਿੰਨਾ ਜਿਹਰ ਉਹਨੂੰ ਠੀਕ ਨਾ ਕਰੋ ਸਾਰੀ ਗੱਡੀ ਨਹੀਂ ਚੱਲਦੀ ਬਿਲਕੁਲ ਇਸ ਤਰ੍ਹਾਂ ਤੇ ਅਸੀਂ ਦੇ ਸਾਰੇ ਹੀ ਪਰਦੇ ਖਰਾਬ ਕਰਦੇ ਹਾਂ 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 ਤੇ ਜੀ ਫੇਰ ਅਸੀਂ ਆਖੀਏ ਜਿੱਥੇ ਰਸੂ ਪੈਦਾ ਹੋਣਗੇ ਹਾਂਜੀ ਯਾ ਮਤਲਬ ਇਹ ਕਿ ਇੱਥੇ ਨਿਊਟਨ ਪੈਦਾ ਹੋਏਗਾ ਇਹ ਹੋ ਨਹੀਂ ਸਕਦਾ ਹਾਂਜੀ ਇੱਥੇ ਇਹੋ ਜਿਹੇ ਲੋਕ ਪੈਦਾ ਹੋਣਗੇ ਜਿਹੜੇ ਟੀਲ ਨੂੰ ਤੇ ਲਾਂਦੇ ਨੇ ਹਾਂਜੀ ਉਹ ਇੱਕ ਹੋਰ ਬੰਦਾ ਸੀ ਬੜਾ ਪੜਿਆ ਲਿਖਿਆ ਉਹਦੇ ਮਗਰ ਮੈਂ ਬੈਠਾ ਤੇ ਉਹ ਵੀ ਅਡਮਾਸਟਰ ਸੀ ਤੇ ਮੈਨੂੰ ਆਂਦਾ ਜੀ ਉਹ ਫਲਾਣੇ ਦੀ ਅੱਜ ਕੱਲ੍ਹ ਤੋਤੀ ਬੋਲਦੀ ਉਹ ਮੈਂ ਕਿਹਾ ਤੋਤੀ ਨਹੀਂ ਉਹ ਬੇਵਕੂਫਾ ਤੂਤੀ ਬੋਲਦੀ ਆ ਤੇ ਮੈਂ ਕਿਹਾ ਤੋਤੀ ਨੇ ਕੀ ਬੋਲਣਾ ਹੈ ਦੂ 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 ਤੋਤੀ ਤੂਤੀ ਬੋਲਦੀ ਹੈ ਇਹ ਹਾਲੇ ਨਾ ਉਰਦੂ ਦਾ ਕੀਤਾ ਵਾਹ ਵਾਹ ਹਾਂਜੀ ਜਿੰਨੂੰ ਕੌਮੀ ਜ਼ਬਾਨ ਆਂਦੇ ਨੇ ਜੀ ਜੀ ਹਾਂਜੀ ਹਾਂ ਤੇ ਐਜੂਕੇਟ ਕਰਨ ਦਾ ਮਤਲਬ ਹੁੰਦਾ ਉਹਦਾ ਜਿਹੜਾ ਦਿਮਾਗੀ ਲੈਵਲੇ ਵਸੀਹ ਕਰਨਾ ਔਰ ਉਹ ਨਹੀਂ ਕਰਦਾ ਮੌਜੂਦਾ ਸਿਸਟਮ ਜਿਹੜਾ ਹੈ ਹਾਂਜੀ ਇੱਕ ਤੇ ਆਪਣੀ ਜ਼ਬਾਨ ਦੀ ਨਹੀਂ ਜਦੋਂ ਆਪਣੀ ਜ਼ਬਾਨ ਦੀ ਨਹੀਂ ਬੱਚੇ ਨੇ ਵੇਖਿਆ ਹੀ ਨਹੀਂ ਬੱਚੇ ਨੂੰ ਛਾਵਾਂ ساری ਉਮਰ ਨਹੀਂ ਵੇਖਣੀਆਂ ਜਿੰਨਾ ਛਾਵਾਂ ਦੇ ਉਹਨੂੰ ਮੱਲੇ ਪਰਤ ਪਰਤ ਕੇ ਤੋਤੇ ਅੰਗਰੇਜ਼ ਰਟਾਉਂਦੇ ਨੇ ਪੈ ਹਾਂਜੀ ਇਹਦੀ ਮਿਸਾਲ ਇੰਦੀ ਹੈ ਕਿ ਉਹ ਅੰਗਰੇਜ਼ ਜਿਹੜੇ ਹੁੰਦੇ ਸਨ ਨਾ ਇੱਥੇ ਲੱਗਦੇ ਸਨ ਉਹਨਾਂ ਨੂੰ ਪਹਿਲਾਂ ਉਹ ਪੰਜਾਬੀ ਜ਼ੁਬਾਨ ਸਿਖਾਉਂਦੇ ਸਨ ਅੱਛਾ ਉਹਨਾਂ ਨੇ ਟੀਚਰ ਰੱਖੇ ਹੁੰਦੇ ਸਨ ਫਿਰ ਡੀਸੀ ਲਾਂਦੇ ਸਨ ਉਹ ਇੱਕ ਅੰਗਰੇਜ਼ ਦਾ ਲਤੀਫ ਹੈ ਪਏ ਉਹਨਾਂ ਨੇ ਆਖਿਆ ਭਈ ਉਹ ਲੂਣ ਮਰਚੇ ਘੋੜਦਾ ਸੀ ਨਾ ਪਿਆ ਉਹਦਾ ਵਰਤੀ ਕਹਿੰਦਾ ਕੀ ਹੈ ਇਸਕੋ ਕਿਆ ਕਹਤੇ ਹੈ ਆਂਦਾ ਇਸਕੋ ਕਹਤੇ ਹੈ ਚਟੂਬਟਾ ਅੱਛਾ ਉਹ ਯਾਦ ਕਰਦਾ ਰਿਹਾ ਤਿੰਨ ਚਾਰ ਦਿਨ ਤੋਂ ਬਾਅਦ ਯਾਦ ਕਰਕੇ ਤੇ ਆਂਦਾ ਮੈਂ ਮੈਨੇ ਸਬਦ ਪਕਾ ਲਿਆ ਅੰਦਾ ਕੀ ਕੀਤਾ ਇਹ ਬੱਟੂ ਚਟਾ ਤੋਂ ਬਸ ਐ ਹੀ ਹਾਲ ਹੈ ਸਾਡਾ ਵੀ ਇਹ ਬੱਟੂ ਚਟਾ ਹੀ ਸਾਨੂੰ ਸਗਾਉਂਦੇ ਨੇ ਵਾਹ ਜੀ ਹੋਰ ਕੱਖ ਨਹੀਂ ਤੇ ਅਲ ਹਮਦੁਲillah ਮੈਨੂੰ ਇਹ ਮਾਣ ਆ ਛਲੇ ਕਿ ਮੈਂ ਪੀਟੀਵੀ ਵਾਸਤੇ 50 ਡਰਾਮਿਆਂ ਦਾ ਪੰਜਾਬੀ ਤੋਂ ਉਰਦੂ ਤਰਜਮਾ ਕੀਤਾ ਤੇ ਕਰਾਚੀ ਸੈਂਟਰ ਤੋਂ ਚਿੱਠੀ ਆਈ ਵਾਹ ਉਹਨਾਂ ਆਖਿਆ ਬੰਦਾ ਬੜੀ ਨਸਤਾਲੀ ਗੁਰਜੂ ਲਿਖਦਾ ਇਹਦੇ ਬੰਦਾ ਤੁਹਾਨੂੰ ਦੇ ਦਿਓ ਉਨਾ ਕੇ ਬੰਦਾ ਤੇ ਪੰਜਾਬੀ ਦਾ ਸ਼ਾਇਰ ਹੈ ਵਾਹ 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 ਤੂੰ ਗੱਲ ਇਹ ਕਿ ਜਿਹੜੀ ਵੀ ਦਬਾਨ ਲਿਖੋ ਮਤਲਬ ਮੈਂ ਬੀਏ ਐਡਵਾਂਸ ਉਰਦੂ ਨਾਲ ਕੀਤਾ ਸੀ ਮੈਨੂੰ ਪਤਾ ਸੀ ਇਹਦੇ ਕੀ ਅਸੂਲ ਕਹਦੇ ਨੇ ਇਹਨੂੰ ਲਿਖਣ ਬੋਲਣ ਦੇ ਪੜ੍ਹਨ ਦੇ ਹਾਂਜੀ ਤੇ ਉਹਦੇ ਮੁਤਾਬਕ ਮੈਂ ਲੇਕਿਨ ਅੱਜ ਅਸਾਂ ਇਹ ਉਰਦੂ ਨਾਲ ਵੀ ਜੋ ਹਾਲ ਅਸੀਂ ਹੁੰਦਾ ਟੈਲੀਵਿਜ਼ਨ ਸਟੇਸ਼ਨ ਤੇ ਵੇਂਦੇ ਆ ਹਾਂਜੀ ਤੇ ਉਹ ਮਤਲਬ ਇਹ ਕਿ ਦੁੱਖ ਹੁੰਦਾ ਬਈ ਯਾਰ ਇਹ ਕਿ ਜ਼ੁਬਾਨ ਸੀ ਹਾਂਜੀ ਇਹਦੀ ਵੀ ਇਹਨਾਂ ਕਬਰ ਆਪਣੀ ਦਾ ਤੇ ਛੱਡਿਆ ਕੱਖ ਨਹੀਂ ਦੇਦੀ ਵੀ ਨਾਲ ਕਬਰ ਕੱਢ ਛੱਡੀ ਵਾ ਹਾਂਜੀ ਉਹਨੂੰ ਵੀ ਸਹੀ ਤਰ੍ਹਾਂ ਨਹੀਂ ਸਿੱਖਿਆ ਜਿਆ ਜਿਆ ਲਓ ਜੀ ਨਸੀਰ ਬਾਟ ਸਾਹਿਬ ਅੱਜ ਤੇ ਤੁਹਾਡੇ ਦੋ ਸਵਾਲਾਂ ਦੇ ਵਿੱਚ ਹੀ ਸਾਡੇ ਪੂਰੇ ਪ੍ਰੋਗਰਾਮ ਦਾ ਵੇਲਾ ਲੰਘ ਗਿਆ ਸਾਨੂੰ ਯਕੀਨ ਹੈ ਕਿ ਤੁਹਾਨੂੰ ਬਾਬਾ ਜੀ ਦੇ ਦੋਵੇਂ ਜਵਾਬ ਜਿਹੜੇ ਨੇ ਬੜੇ ਹੀ ਚੰਗੇ ਲੱਗੇ ਹੋਣਗੇ ਦੂਸਰੀ ਗੱਲ ਵੀ ਦੇਖੋ ਉਹਨਾਂ ਕਿੰਨੀ ਖੂਬਸੂਰਤ ਕੀਤੀ ਹੈ ਕਿ ਅਗਰ ਅਸਾਤਜ਼ਾਏ ਇਕਰਾਮ ਖੁਦ ਅੱਛਾ ਇਲਮ ਉਹਨਾਂ ਨੇ ਹਾਸਲ ਕੀਤਾ ਹੋਵੇ ਉਹਨਾਂ ਦਾ ਆਪਣਾ ਤਲੱਫਜ਼ ਉਹਨਾਂ ਦਾ ਕਮਿਊਨੀਕੇਸ਼ਨ ਦਾ ਅੰਦਾਜ਼ تعلیم ਤੇ تدریس ਦੇਣ ਦਾ ਵੱਲ ਉਹਨਾਂ ਨੂੰ ਬਿਹਤਰੀਨ ਆਉਂਦਾ ਹੋਵੇ ਔਰ ਉਹ ਬੇਲਾऊस ਬੱਚਿਆਂ ਦੀ ਤਾਲੀਮੀ ਆਭਿਆਰੀ ਕਰਨ ਆਪਣੇ ਤੁਲਾਬਾ ਤੇ ਤਾਲਿਬਾਤ ਨੂੰ ਬਗੈਰ ਕਿਸੇ ਲਾਲਚ ਦੇ تعلیم ਦੇਣ ਤੇ ਉਹਨਾਂ ਦਾ ਕਿਉਂ ਅਦਬਨਾ ਤੁਲਾਬਾ ਤੇ ਤਾਲਿਬਾਤ ਕਰਨ ਕਿਉਂਕਿ ਸਾਡੇ ਇਸ ਦੌਰ ਦੇ ਵਿੱਚ ਐਜੂਕੇਸ਼ਨ ਵੀ ਸਾਰੀ ਕਮਰਸ਼ੀਅਲ ਹੋ ਗਈ ਹੈ ਤੁਸੀਂ ਦੇਖੋ ਨਾ ਅੱਜ ਕੱਲ ਇੱਕ ਨਵੇਂ ਆਪਣੇ ਲੋ ਮਬਲਗ ਨਿਕਲੇ ਨੇ ਜਿਨ੍ਹਾਂ ਨੂੰ ਮੋਟੀਵੇਸ਼ਨਲ ਸਪੀਕਰਸ ਆਖਿਆ ਜਾਂਦਾ ਹੈ ਤੇ ਉਹ ਜਿਹੜੇ ਨੇ ਉਹ ਮੁxtਲਿਫ ਜਗ੍ਹਾ ਦੇ ਉੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਬੁਲਵਾਇਆ ਜਾਂਦਾ ਹੈ ਉਹ 5-5 ਲੱਖ ਰੁਪਇਆ ਫੀ ਲੈਕਚਰ ਦਾ ਫੀ ਵਿਜ਼ਿਟ ਦਾ ਲੈਂਦੇ ਨੇ ਤੇ ਉੱਥੇ ਜਾ ਕੇ ਸਿਰਫ ਇਹ ਦੱਸਦੇ ਨੇ ਕਿ ਭਾਜੀ ਆਪਣਾ اخلاق ਅੱਛਾ ਰੱਖੋ ਲੋਕ ਨੂੰ ਹਸ ਕੇ ਮੇ ਲੋ ਯਾਨੀ ਉਹ ਗੱਲਾਂ ਦੱਸਦੇ ਨੇ ਜਿਹੜੀਆਂ ਸਾਨੂੰ ਸਾਡੇ ਘਰਾਂ ਦੇ ਵਿੱਚ ਸਾਡੇ ਮਾਪੇ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਹਾਂ ਤੇ ਉਦੋਂ ਹੀ ਸਿਖਾ ਦਿੰਦੇ ਹੁੰਦੇ ਸਨ ਫਿਰ ਸਾਡੇ ਉlemaਏ کرام ਮਸਜਿਦ ਦੇ ਵਿੱਚ ਜੁਮਾ ਦੇ ਖੁਤਬੇ ਦੇ ਵਿੱਚ ਸਾਨੂੰ ਉਹ ਸਾਰੀਆਂ ਗੱਲਾਂ ਸਿਖਾ ਦਿੰਦੇ ਹੁੰਦੇ ਹਨ ਸਮਝਾ ਦਿੰਦੇ ਹੁੰਦੇ ਸਨ ਸਾਹਿਬ ਉਹ ਇੱਕ ਵਕਤ ਸੀ ਕਿ ਲੋਕੀ ਮਤ ਦੀਆਂ ਗੱਲਾਂ ਆਪਣੀ ਆਕਮਤ ਸਵਾਰਨ ਦੇ ਵਾਸਤੇ ਲੁਕਾਈ ਨੂੰ ਦੱਸਦੇ ਹੁੰਦੇ ਹਨ ਆਵਾਮ ਦੀ ਇਸਲਾਹ ਕਰਦੇ ਸਨ ਬੇਲੌਸ ਤਬਲੀਗ ਕਰਦੇ ਸਨ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਦੇ ਵਾਸਤੇ ਤੇ ਫੀਜ਼ ਮਾਨਾ ਤੁਸੀਂ ਵੇਖ ਲਓ ਕਿ ਮੋਟੀਵੇਸ਼ਨਲ ਸਪੀਕਰਸ ਕੌਮ ਦੀ ਇਸਲਾਹ ਕੌਮ ਨੂੰ ਤਬਲੀਗ ਕਰਨ ਦੇ ਨਾਂ ਤੇ ਲੱਖਾਂ ਰੁਪਏ ਫੀ ਲੈਕਚਰ ਲੈ ਰਹੇ ਨੇ ਤੇ ਜਦੋਂ ਹਰ ਕੰਮ ਹੀ ਕਮਰਸ਼ੀਅਲਾਈਜ਼ ਕਰ ਦਿੱਤਾ ਗਿਆ ਹੈ ਤੇ ਫਿਰ ਕੀ ਕੌਮ ਦੇ اخلاق ਦਰਸਤ ਹੋਣੇ ਨੇ ਤੇ ਕੀ ਅਸਾਂ ਮਹਜ਼ਬ ਤੇ ਤਹਜ਼ੀਬ ਯਾਫਤਾ ਬਣਨਾ ਹੈ ਬਦਕਿਸਮਤੀ ਉਹ ਹੋਈ ਜੇ ਵੀ ਬਾਬਾ ਜੀ ਗੱਲਾਂ ਸਾਨੂੰ ਦੱਸੀਆਂ ਕਿ ਅਸੀਂ ਆਪਣੇ ਆਪ ਤੋਂ ਆਪਣੇ ਮਾਪਿਆਂ ਤੋਂ ਆਪਣੇ ਵਡਕਿਆਂ ਤੋਂ ਆਪਣੀ ਜ਼ੁਬਾਨ ਤੋਂ ਆਪਣੇ ਕਲਚਰ ਤੋਂ ਆਪਣੇ ਵਿਰਸੇ ਤੋਂ ਹਾਂਜੀ ਆਪਣੀ ਰਹਿਤਲ ਤੋਂ ਆਪਣੇ ਪ੍ਰਸੇਵ ਤੋਂ ਅਸੀਂ ਦੂਰ ਹੁੰਦੇ ਗਏ ਤੇ ਸਾਨੂੰ ਹੁਣ ਮੋਟੀਵੇਸ਼ਨਲ ਸਪੀਕਰ ਵੀ ਠੱਗਣ ਡਏ ਸਾਨੂੰ ਕਮਰਸ਼ੀਅਲ ਐਜੂਕੇਸ਼ਨ ਹਾਸਲ ਕਰਨ ਕਰਨੀ ਪੈਂਦੀ ਏ ਲੇਕਿਨ ਇਲਮ ਸਾਨੂੰ ਨਾ ਆਉਂਦਾ ਪਿਆ ਨਾ ਸਾਡੇ اخلاق درست ਹੁੰਦੇ ਨੇ ਪਿਆ ਨਾ ਸਾਨੂੰ ਦਰਸੋ تدریس ਕੋਈ ਸਾਡੇ ਤੇ ਅਸਰ ਕਰਨ ਦੇ ਐ ਸੋ ਗੱਲ ਐ ਵੇ ਕਿ ਸਾਨੂੰ ਆਪਣੇ ਵਿਰਸੇ ਵੱਲ ਵਾਪਸ ਲਾਟਣਾ ਪਵੇਗਾ ਆਪਣੀ ਮਾਂ ਬੋਲੀ ਤੇ ਮਾਣ ਕਰਨਾ ਪਵੇਗਾ ਆਪਣੀ ਜ਼ੁਬਾਨ ਵਿੱਚ تعلیم ਫੇਰ ਦਿੱਤੀ ਜਾਏਗੀ ਜਦੋਂ ਤੇ ਅਲਹਮਦੁਲਿਲਾ ਸਾਡਾ ਸਾਰੇ ਸਾਡੇ ਵਿੰਗ ਚ ਬ ਜਿੰਨੇ ਨੇ ਇਹ ਸਾਰੇ ਹੀ ਨਿਕਲ ਜਾਣ ਲੋ ਜੀ ਸਾਹਿਬੋ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਬੜੇ ਲੋਰੇ ਲੈ ਹੋਣੇ ਨੇ ਤੇ ਨਸੀਰ ਬਾਟ ਸਾਹਿਬ ਜਿਹੜੇ ਦੁਬਈ ਤੋਂ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਮੈਨੂੰ ਯਕੀਨ ਹੈ ਕਿ ਬੜਾ ਹੀ ਖੂਬਸੂਰਤ ਜਵਾਬ ਬਾਤ ਉਹਨਾਂ ਦੇ ਸਵਾਲਾਂਤ ਦੇ ਮਿਲ ਗਏ ਹੋਣਗੇ ਪਿਆਰਿਓ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ